ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਡੱਲਾ। ਮੁੱਦੇ ਦੀ ਗੱਲ ਵਿੱਚ ਕਈ ਅਹਿਮ ਪੁਆਇੰਟਸ ਨੇ ਜਿਨ੍ਹਾਂ ਉੱਪਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਸ਼ਹੀਦ ਫੌਜੀ ਦੀ, ਕਰਮਜੀਤ ਸਿੰਘ ਜਿਸ ਦਾ ਨਾਮ ਹੈ, ਮੋਗਾ ਦਾ ਰਹਿਣ ਵਾਲਾ। ਸੋ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਨਾਲ ਸਰਹੱਦ ਪਰੋਂ ਗੋਲੀਬਾਰੀ ਵਿੱਚ ਸਾਡਾ ਇੱਕ ਹੋਰ ਫੌਜੀ ਸ਼ਹੀਦ ਹੋ ਗਿਆ। ਅਤੇ ਇੱਕ ਵਾਰੀ ਫਿਰ ਸਵਾਲ ਖੜ੍ਹਾ ਹੁੰਦਾ ਹੈ ਨਰਿੰਦਰ ਮੋਦੀ ਨੂੰ ਅਤੇ ਨਰਿੰਦਰ ਮੋਦੀ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਦਾਅਵੇ ਕਰ ਕਰਕੇ ਵੋਟਾਂ ਮੰਗ ਰਹੇ ਨੇ, ਆਏ ਦਿਨ ਸਾਡੇ ਪੰਜਾਬੀ ਸ਼ਹੀਦ ਹੋ ਰਹੇ ਨੇ। ਦੂਸਰਾ, ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਆਗੂ ਨੇ, ਉੱਤਰ ਪ੍ਰਦੇਸ਼ ਦੇ ਮਹੇਸ਼ ਸ਼ਰਮਾ, ਕਹਿਣ ਨੂੰ ਤਾਂ ਸੰਸਕ੍ਰਿਤਿਕ ਮੰਤਰੀ ਨੇ, ਸੱਭਿਆਚਾਰਕ ਮੰਤਰੀ ਨੇ, ਪਰ ਜਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਪ੍ਰਿਯੰਕਾ ਗਾਂਧੀ ਬਾਰੇ ਕੀਤੀ ਹੈ, ਮੈਨੂੰ ਲੱਗਦਾ ਹੈ ਜੇ ਮਹੇਸ਼ ਸ਼ਰਮਾ ਦੀ ਆਪਣੀ ਧੀ ਜਾਂ ਉਹਨਾਂ ਦੀ ਆਪਣੀ ਮਾਤਾ ਜੀ ਜਾਂ ਪਤਨੀ ਨੂੰ ਇਹ ਪਤਾ ਲੱਗਿਆ ਕਿ ਮੇਰੇ ਪਤੀ ਨੇ ਆਹ ਸ਼ਬਦ ਵਰਤੇ ਨੇ, ਤਾਂ ਜ਼ਰੂਰ ਘਰ ਗਏ ਨੂੰ ਲਾਂਭਾ ਜ਼ਰੂਰ ਦੇਣਗੇ। ਸੋ ਇਸ ਕਰਕੇ ਆਪਣੇ ਪਰਿਵਾਰ ਦੀਆਂ ਬੀਬੀਆਂ ਦੇ ਨਾਲ ਮਹੇਸ਼ ਸ਼ਰਮਾ ਜੀ ਜ਼ਰੂਰ ਜਾ ਕੇ ਸਾਂਝਾ ਕਰ ਲੈਣ ਕਿ ਮੈਂ ਪ੍ਰਿਯੰਕਾ ਗਾਂਧੀ ਬਾਰੇ ਆਹ ਬਿਆਨ ਦਿੱਤਾ ਸੀ, ਕਿ ਮੈਂ ਠੀਕ ਕਰਕੇ ਆਇਆਂ ਜਾਂ ਗਲਤ ਕਰਕੇ ਆਇਆਂ। ਜੇ ਉਹਨਾਂ ਨੂੰ ਲੱਗਿਆ ਕਿ ਗਲਤ ਕੀਤਾ, ਜੇ ਉਹਨਾਂ ਦੀਆਂ ਘਰ ਦੀਆਂ ਔਰਤਾਂ ਕਹਿਣਗੀਆਂ ਮਹੇਸ਼ ਜੀ ਤੁਸੀਂ ਗਲਤ ਕੀਤਾ, ਤਾਂ ਫਿਰ ਮਹੇਸ਼ ਜੀ ਨੂੰ ਟਵੀਟ ਕਰਕੇ ਜ਼ਰੂਰ ਮਾਫ਼ੀ ਮੰਗ ਲੈਣੀ ਚਾਹੀਦੀ ਹੈ, ਕਿਉਂਕਿ ਅਸੀਂ ਉਸ ਸਮਾਜ ਦੇ ਵਿੱਚ ਹਾਂ ਜਿੱਥੇ ਔਰਤਾਂ ਦੀ ਇੱਜ਼ਤ ਸਾਰਵਜਨਿਕ ਮੰਚ ਤੋਂ ਔਰ ਦਿਲ ਤੋਂ ਹੋਣੀ ਬਹੁਤ ਜ਼ਰੂਰੀ ਹੈ, ਔਰ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਜਿਹੜੇ ਮਰਿਆਦਾ ਨੂੰ ਸੱਟ ਮਾਰਦੇ ਨੇ। ਇਹਦੇ ਨਾਲ ਨਾਲ ਪੁਆਇੰਟ ਪੰਜਾਬ ਦੀ ਰਾਜਨੀਤੀ ਦਾ ਵੀ ਕਰਾਂਗੇ। ਸੁਖਪਾਲ ਖਹਿਰਾ ਨੇ ਐਲਾਨ ਕਰ ਦਿੱਤਾ ਹੁਣ ਬਠਿੰਡੇ ਤੋਂ, ਅਤੇ ਹੁਣ ਨਵੀਆਂ ਸੰਭਾਵਨਾਵਾਂ ਇਹ ਉਜਾਗਰ ਹੋ ਰਹੀਆਂ ਨੇ। ਅਕਾਲੀ ਦਲ ਦੀ ਸਿਆਸਤ ਨੂੰ ਨੇੜੇ ਤੋਂ ਸਮਝਣ ਵਾਲਿਆਂ ਮੁਤਾਬਕ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਆਪ ਚੋਣ ਲੜ ਸਕਦੇ ਨੇ। ਇਹ ਸੁਨੇਹਾ ਦੇਣ ਲਈ ਪੂਰੇ ਪੰਜਾਬ ਦੀਆਂ 13 ਸੀਟਾਂ 'ਤੇ ਅਕਾਲੀ ਭਾਜਪਾ ਨੂੰ ਕਿ ਅਸੀਂ ਅਗਵਾਈ ਕਰਨ ਦੇ ਕਾਬਲ ਹਾਂ। ਸੋ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਨੇ। ਫਿਰੋਜ਼ਪੁਰ, ਬਠਿੰਡਾ, ਇਹਨਾਂ ਦੋਨਾਂ ਹਲਕਿਆਂ ਦੀ ਗੱਲ ਕਰਾਂਗੇ, ਔਰ ਨਾਲ ਨਾਲ ਕਿਰਦਾਰਾਂ ਦੀ ਲੜਾਈ ਪੰਜਾਬ 'ਚ ਹੋਣੀ ਹੈ। ਬੀਬੀ ਜਗੀਰ ਕੌਰ ਔਰ ਬੀਬੀ ਪਰਮਜੀਤ ਕੌਰ ਖਾਲੜਾ, ਇਹਨਾਂ ਦੋਹਾਂ ਕਿਰਦਾਰਾਂ ਦੀ ਵੀ ਖਡੂਰ ਸਾਹਿਬ ਹਲਕੇ ਦੇ ਵਿੱਚ ਰਾਜਨੀਤਿਕ ਜੰਗ ਹੋਣੀ ਹੈ। ਸੋ ਲੋਕ ਕਿਸ ਕਿਰਦਾਰ ਨੂੰ ਕਿਉਂ ਵੋਟਾਂ ਪਾਉਣਗੇ, ਇਹ ਵੀ ਇਸ ਵਾਰ ਉੱਥੇ ਪੈਮਾਨਾ ਹੋਊਗਾ। ਜੇ ਬੀਬੀ ਹਰਸਿਮਰਤ ਕੌਰ ਬਾਦਲ, ਫਰਜ਼ ਕਰੋ ਫਿਰੋਜ਼ਪੁਰ ਆਉਂਦੇ ਆ ਜੈਸੀਆਂ ਚਰਚਾਵਾਂ ਨੇ, ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦਾ ਆਵਾਮ ਮਾਫ਼ ਨਹੀਂ ਕਰਨ ਲੱਗਿਆ, ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਸਿਮਰਜੀਤ ਬੈਂਸ ਨੂੰ ਕਹੂਗੀ ਨਾ ਫਿਰੋਜ਼ਪੁਰ ਚੱਲ, ਅਤੇ ਉੱਥੇ ਜਾ ਕੇ ਖੰਡਾ ਖੜਕਾ ਕੇ ਆਵਾਂਗੇ। ਦੇਖੋ, ਸਾਰੇ ਆਪਣੇ ਆਪ ਨੂੰ ਚੌਕੀਦਾਰ ਕਹਿੰਦੇ ਨੇ, ਅੱਧੇ ਤਾਂ ਵਿੱਚੋਂ ਚੌਕੀਦਾਰੀ ਚੋਰ ਨਿਕਲੇ ਨੇ ਇਸ ਦੇਸ਼ ਦੇ ਵਿੱਚ, ਆਪਾਂ ਨੂੰ ਪਤਾ ਲੱਗ ਗਿਆ ਵਾ। ਜਿਹੜਾ ਭਗਵੰਤ ਸਿੰਘ ਮਾਨ ਹੈ ਕਹਿੰਦਾ ਮੈਂ ਚੌਕੀਦਾਰੀ ਦਾ ਕੰਮ ਕਰ ਰਿਹਾ, ਪਹਿਲਾਂ ਇਹ ਦੱਸੇ ਕਿ ਜਿਹੜਾ ਤੁਹਾਡੇ ਪਾਰਟੀ ਦੇ ਬੌਸ ਆ ਉਹ ਵਾਕਈ ਚੌਕੀਦਾਰਾਂ 'ਤੇ ਕੰਮ ਕਰ ਰਿਹਾ ਕਿ ਕਰਪਟ ਕਾਂਗਰਸ ਵਰਗੀ ਪਾਰਟੀ ਦੇ ਨਾਲ ਸੰਧੀ ਕਰਨ ਨੂੰ ਤਰਲੋ ਮੱਛੀ ਹੋ ਰਹੇ ਨੇ। ਜਿਹੜੀ ਕਾਂਗਰਸ ਪਾਰਟੀ 'ਤੇ ਇਲਜ਼ਾਮ ਲਾਉਂਦੇ ਸੀਗੇ ਕਿ ਸ਼ੀਲਾ ਨੂੰ ਫੜ ਕੇ ਅੰਦਰ ਦਿਆਂਗੇ, ਅਤੇ ਉਹ ਕੈਪਟਨ ਭਗਵੰਤ ਸਿੰਘ ਮਾਨ ਦੇ ਜਿਹੜੇ ਬੌਸ ਨੇ ਅਰਵਿੰਦ ਕੇਜਰੀਵਾਲ, ਉਹ ਅੱਜ ਕਾਂਗਰਸ ਨਾਲ ਗੱਠਜੋੜ ਕਰਨ ਲਈ ਮਿੰਤਾਂ ਤਰਲੇ ਕੱਢ ਰਹੇ ਨੇ। ਅੱਜ ਪੂਰੀ ਦੁਨੀਆ 'ਚ ਵੱਸਦਾ ਇਕੱਲਾ ਪੰਜਾਬ ਦਾ ਪੰਜਾਬੀ ਨਹੀਂ, ਪੂਰੀ ਦੁਨੀਆ 'ਚ ਵੱਸਦਾ ਪੰਜਾਬੀ ਇਹ ਗੱਲ ਭਲੀ ਭਾਂਤ ਜਾਣਦਾ ਕਿ ਸੁਖਬੀਰ ਬਾਦਲ ਅਕਾਲੀ ਦਲ ਨਹੀਂ, ਸੁਖਬੀਰ ਬਾਦਲ ਜਿਹੜੀ ਅਕਾਲੀ ਦਲ ਤੋਂ ਹਟ ਕੇ ਸੁਖਬੀਰ ਸੈਨਾ ਦਾ ਰੂਪ ਧਾਰਨ ਕਰ ਗਈ, ਅਤੇ ਉਹਦਾ ਹਾਲ ਹਸ਼ਰ ਪੰਜਾਬ ਦੇ ਵਿੱਚ ਕੀ ਹੋਣਾ? ਵੋਟਾਂ ਪੈ ਲੈਣ ਦਿਓ ਤੁਸੀਂ, ਕੌਣ ਕਿਹਦੀ ਜ਼ਮਾਨਤ ਜ਼ਬਤ ਕਰਾਉਂਦਾ ਇਹ ਪੰਜਾਬ ਦਾ ਵੋਟਰ ਤੈਅ ਕਰੂਗਾ, ਸੁਖਬੀਰ ਬਾਦਲ ਨਹੀਂ। ਜਿਹੜਾ ਬੰਦਾ 5 ਸਾਲ 'ਚ ਚੌਕੀਦਾਰ ਕਹਿ ਕੇ ਦੇਸ਼ ਨੂੰ ਲੁੱਟਿਆ ਔਰ ਲੁਟਾਇਆ, ਉਹ ਬੰਦਾ ਅੱਜ ਫਿਰ ਉਹ ਜੁਮਲਾ ਖੇਡੇ ਵੀ ਮੈਂ ਚੌਕੀਦਾਰ ਹੂੰ, ਚੌਕੀਦਾਰ ਹੂੰ, ਐਸੇ ਚੌਕੀਦਾਰ ਨੂੰ ਤਾਂ ਹਟਾ ਦੇਣਾ ਚਾਹੀਦਾ ਜਿਸ ਚੌਕੀਦਾਰ ਨੇ ਇਹ ਕਿਹਾ
ਕਿ ਕਾਂਗਰਸ ਪਾਰਟੀ ਨੇ ਕਿੰਨੇ ਲੱਖ ਕਰੋੜ ਰੁਪਈਆ ਬਾਹਰ ਦਿੱਤਾ, ਮੈਂ ਇਹਨਾਂ ਕਾਲਾ ਧਨ ਲਾਊਂਗਾ ਔਰ 15-15 ਲੱਖ ਗਰੀਬੋਂ ਕੇ ਖਾਤੇ ਮੇਂ ਡਾਲੂੰਗਾ। ਇੱਕ ਪੈਸਾ ਆਇਆ? ਜਿੰਨੀ ਹੋਂਦ ਖੋਂਦ ਰਿਜੈਕਟਡ ਮਾਲ ਸਾਰੀ ਪਾਰਟੀਆਂ 'ਚ ਪਿਆ ਸੀ ਸਾਰਾ। ਟਕਸਾਲੀ ਹੈ ਕਿ ਨਹੀਂ? ਟਕਸਾਲੀ ਵੀਰ ਦਵਿੰਦਰ ਟਕਸਾਲੀ ਹੈ, ਜੋ ਚੀਫ ਆਫ ਦਾ ਆਰਮੀ ਸਾਹਿਬ ਜਨਰਲ ਜੇ ਸਿੰਘ ਸੀ, ਜੇ ਸਿੰਘ ਟਕਸਾਲੀ ਹੈ। ਕੈਂਡੀਡੇਟ ਕਿਹੜੇ ਇਹਨਾਂ ਦੇ? ਕੀ ਫਿਰ ਇਹਨਾਂ ਨੂੰ ਆਪਣਾ ਨਾਂ ਟਕਸਾਲੀ ਕੱਟਣਾ ਚਾਹੀਦਾ? ਉਹ ਕਹਿੰਦੇ ਕੀ ਅਸੀਂ ਟਕਸਾਲੀ, ਅਸੀਂ ਟਕਸਾਲੀਆਂ ਦੀ ਗੱਲ ਕਰਦੇ ਹਾਂ। ਕਿਹੜੀ ਟਕਸਾਲੀ ਦੀ ਗੱਲ ਕੀਤੀ ਇਹਨੇ? ਜਿੰਨੇ ਲੋਕ ਲੈ ਰਹੇ ਆਪਣੀ ਪਾਰਟੀ 'ਚ, ਜਿੰਨੇ ਸ਼ਾਮਿਲ ਕਰ ਰਹੇ ਆ ਅਕਾਲੀ ਦਲ ਟਕਸਾਲੀ 'ਚ, ਕੋਈ ਵੀ ਟਕਸਾਲੀ ਨਹੀਂ ਹੈ। ਸੋ ਸਾਰੇ ਪੋਲੀਟੀਕਲ ਰਿਐਕਸ਼ਨ ਤੁਸੀਂ ਸੁਣੇ ਔਰ ਇਹਨਾਂ ਸਾਰੇ ਪੋਲੀਟੀਕਲ ਰਿਐਕਸ਼ਨ ਤੋਂ ਬਾਅਦ ਸਟੂਡੀਓ ਦੇ ਵਿੱਚ ਸਾਰੇ ਮਾਹਰ ਮਹਿਮਾਨ ਮੌਜੂਦ ਨੇ, ਮੁੱਖ ਪੋਲੀਟੀਕਲ ਪਾਰਟੀਆਂ ਦੇ। ਖਜਾਨ ਸਿੰਘ ਮਠਾੜੂ, ਪੰਜਾਬ ਏਕਤਾ ਪਾਰਟੀ, ਸੁਖਪਾਲ ਖਹਿਰੇ ਦੀ ਪਾਰਟੀ ਦੇ ਸੀਨੀਅਰ ਆਗੂ ਨੇ, ਸਵਾਗਤ ਹੈ ਜੀ। ਭਾਰਤ ਭੂਸ਼ਣ ਕੌਸ਼ਿਕ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਬਹੁਤ ਤੇਜ਼ ਤਰਾਰ ਬੁਲਾਰੇ ਨੇ, ਆਗੂ ਨੇ ਔਰ ਨਾਰਥ ਈਸਟ ਸੈੱਲ ਦੇ ਨਾਲ ਸੰਬੰਧਿਤ ਨੇ ਜ਼ਿਲ੍ਹਾ ਲੁਧਿਆਣੇ ਦੇ। ਔਰ ਸਾਡੇ ਨਾਲ ਪਰਮਜੀਤ ਸਿੰਘ ਬਰਾੜ ਸਾਹਿਬ ਨੇ, ਜਿਹੜੇ ਕਿ ਸਾਬਕਾ ਅਫਸਰ ਨੇ ਔਰ ਰਾਜਨੀਤਿਕ ਮਾਮਲਿਆਂ 'ਤੇ ਚੰਗਾ ਦਖਲ ਰੱਖਦੇ ਨੇ, ਤੁਹਾਡਾ ਵੀ ਸਵਾਗਤ ਹੈ ਜੀ। ਔਰ ਪੁਰਸ਼ੋਤਮ ਖਲੀਫਾ ਜੀ, ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਜਗਰਾਓਂ ਤੋਂ ਔਰ ਸਾਬਕਾ ਡਾਇਰੈਕਟਰ ਵੀ ਨੇ ਖਾਦੀ ਬੋਰਡ ਪੰਜਾਬ ਦੇ, ਤੁਹਾਡਾ ਵੀ ਸਵਾਗਤ ਹੈ ਜੀ। ਸਭ ਤੋਂ ਪਹਿਲੀ ਟਿੱਪਣੀ ਮੈਂ ਤੁਹਾਡੀ ਲੈਣਾ ਚਾਹੂੰਗਾ ਖਲੀਫਾ ਸਾਹਿਬ। ਸੁਖਪਾਲ ਖਹਿਰਾ ਨੇ ਬਠਿੰਡੇ ਕਹਿ ਦਿੱਤਾ ਕਿ ਮੈਂ ਬਠਿੰਡੇ ਲੜਨਾ। ਸੁਖਪਾਲ ਖਹਿਰਾ ਦੇ ਬਠਿੰਡੇ 'ਚ ਐਲਾਨ ਤੋਂ ਬਾਅਦ ਇਹ ਸੰਭਾਵਨਾਵਾਂ ਆ ਰਹੀਆਂ ਨੇ ਕਿ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਲੜਦਾ। ਜੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਲੜਦਾ ਤੇ ਅਕਾਲੀ ਇਹ ਮੰਨਦੇ ਨੇ ਕਿ ਸੁਨੇਹਾ ਇਹ ਜਾਊਗਾ ਕਿ ਸੁਖਬੀਰ ਬਾਦਲ ਫਰੰਟ 'ਤੇ ਆ ਕੇ ਲੜ ਰਿਹਾ ਅਤੇ ਸਾਨੂੰ ਸਾਰੀਆਂ ਸੀਟਾਂ ਤੋਂ ਫਾਇਦਾ ਹੋਊਗਾ। ਪਰ ਕਹਿੰਦੇ ਜਦੋਂ ਦੀ ਸੁਖਪਾਲ ਖਹਿਰੇ ਨੇ ਅਨਾਊਂਸਮੈਂਟ ਕੀਤੀ ਆਪਣੀ ਟਿਕਟ ਦੀ, ਕਾਂਗਰਸ ਬਠਿੰਡਾ ਸੀਟ ਨੂੰ ਲੈ ਕੇ ਵੀ ਦੁਚਿੱਤੀ 'ਚ ਪਈ ਹੋਈ ਹੈ ਕਿਉਂਕਿ ਹਰਸਿਮਰਤ ਬਾਦਲ ਦਾ ਅਤੇ ਸੁਖਪਾਲ ਖਹਿਰਾ ਦਾ ਮੁਕਾਬਲਾ ਉੱਥੇ ਮੰਨਿਆ ਜਾ ਰਿਹਾ। ਕਾਂਗਰਸ ਦਾ ਕੋਈ ਪੱਕਾ ਕਹਿੰਦੇ ਉੱਥੇ ਉਮੀਦਵਾਰ ਹੈ ਨਹੀਂ, ਮਨਮੋਹਨ ਸਿੰਘ ਉਹਨਾਂ ਨੇ ਵੀ ਇਨਕਾਰ ਕਰਤਾ, ਕਹਿੰਦੇ ਨਾ ਅੰਮ੍ਰਿਤਸਰੋਂ ਲੜਨਾ ਨਾ ਬਠਿੰਡਿਓਂ। ਦੇਖੋ ਕਾਂਗਰਸ ਕੋਲ ਕੈਂਡੀਡੇਟ ਹੈਗੇ ਨੇ, MLA ਸਾਡੇ ਉੱਥੇ ਮਨਪ੍ਰੀਤ ਬਾਦਲ ਜੀ ਵੀ ਜਿੱਤੇ ਹੋਏ ਨੇ, ਹੋਰ ਵੀ MLA ਸੀਟਾਂ ਸਾਡੇ ਕੋਲ ਕਾਂਗਰਸ ਨਹੀਂ ਹੈਗੀਆਂ। ਕੈਂਡੀਡੇਟ ਹਾਲੇ ਪੰਜਾਬ ਦਾ ਸਿੱਧੇ ਤੌਰ 'ਤੇ ਜਿਹੜੇ ਬਹੁਤ ਸਾਰੇ ਕੋਈ ਅਨਾਊਂਸ ਨਹੀਂ ਕੀਤੇ ਗਏ, ਦਿਖਣ ਨਹੀਂ ਲੱਗਿਆ ਬਠਿੰਡੇ ਛੋਟਾ ਕੈਂਡੀਡੇਟ। ਕੈਂਡੀਡੇਟ ਜਿੱਦਣ ਦਿਖੇਗਾ ਉਸ ਦਿਨ ਇਹਨਾਂ ਦੋਨਾਂ ਦੀ ਚਮਕ ਠੰਡੀ ਪੈ ਜਾਵੇ, ਕੋਈ ਇੱਡੀ ਗੱਲ। ਪਰ ਇਹ ਸਥਿਤੀਆਂ ਨੂੰ ਤੁਸੀਂ ਦੇਖਦੇ ਕਿਵੇਂ ਹੋ ਜਦੋਂ ਨੈਸ਼ਨਲ ਪਾਰਟੀ ਕਾਂਗਰਸ ਔਰ ਪੰਜਾਬ 'ਚ ਕੈਪਟਨ ਅਮਰਿੰਦਰ ਕਹਿੰਦੇ ਸੀ 13 ਦੀਆਂ 13 ਸੀਟਾਂ ਜਿੱਤਾਂਗੇ ਜੀ, ਤੇ ਤੁਹਾਡੇ ਕੋਲ ਬਠਿੰਡਾ ਲੋਕ ਸਭਾ ਦੇ ਵਿੱਚ ਕੋਈ ਇਹੋ ਜਿਹਾ ਉਮੀਦਵਾਰ ਨਹੀਂ ਜਿਹੜਾ ਦਿਖਦਾ ਹੋਵੇ ਕਿ ਹਾਂ ਇਹ ਉਮੀਦਵਾਰ ਬਣ ਸਕਦਾ? ਅਸੀਂ 4 ਸਿਟਿੰਗ MPਾਂ ਦੀ ਗੱਲ ਡਿਕਲੇਅਰ ਕਰ ਚੁੱਕੇ ਆ ਤਕਰੀਬਨ। ਕਿਉਂ ਸਿਟਿੰਗ MP ਦਾ ਮੰਨ ਲੈ ਉਹ ਤਾਂ ਆ ਗਿਆ, ਕਿਸੇ ਦਾ ਵੀ ਨਹੀਂ ਕੀਤਾ ਬਠਿੰਡਾ 'ਚ, ਕਿਉਂਕਿ ਮਨਪ੍ਰੀਤ ਬਾਦਲ ਸੀ ਇੱਕ, ਉਹ ਪਿਛਲੀ ਵਾਰੀ ਹਾਰ ਗਿਆ ਸੀ, ਉਹ ਐਤਕੀ ਮੰਤਰੀ ਬਣ ਗਿਆ ਮਨਪ੍ਰੀਤ ਬਾਦਲ। ਬਠਿੰਡਾ ਵਿੱਚ ਮਨਪ੍ਰੀਤ ਬਾਦਲ ਤੋਂ ਵੀ ਕਹਿੰਦੇ ਲੋਕਾਂ ਨੂੰ ਗੁੱਸਾ, ਇੱਕ ਤਾਂ ਥਰਮਲ ਬੰਦ ਹੋਇਆ, ਇੱਕ ਮਨਪ੍ਰੀਤ ਬਾਦਲ ਨੇ ਮੋਬਾਈਲਾਂ ਦਾ ਲਾਰਾ ਲਾਇਆ ਸੀ, ਉਹ ਲਾਰਾ ਅੱਗੇ ਵਧੀ ਜਾਂਦਾ, ਉਹ ਹੁਣ ਕਹਿੰਦੇ ਚੋਣਾਂ ਤੋਂ ਬਾਅਦ ਮੋਬਾਈਲ ਦੇਵਾਂਗੇ। ਲੋਕਾਂ ਦਾ ਗੁੱਸਾ ਜਾਇਜ਼ ਰਹਿੰਦਾ, ਲੋਕਾਂ ਨੂੰ ਜਿਹੜੀ ਗੱਲ ਕਹੀ ਉਹ ਪੂਰੀ ਕਰਵਾਉਣੀ ਚਾਹੁੰਦੇ ਨੇ, ਪਰ ਜਿੱਥੇ ਵੀ ਕਮੀ ਆਏਗੀ ਤਾਂ ਸਰਕਾਰਾਂ ਪੂਰੀਆਂ ਵੀ ਕਰਦੀਆਂ। ਦੇਰ ਸਵੇਰ ਤਾਂ ਹੋ ਸਕਦੀ ਹੈ, ਅੰਧੇਰ ਨਹੀਂ ਹੋ ਸਕਦਾ। ਤੁਸੀਂ ਇਸ ਗੱਲ 'ਤੇ ਚਿੰਤਾ ਨਾ ਕਰੋ, ਬਹੁਤ ਵਧੀਆ ਬਠਿੰਡੇ ਵਿੱਚ ਕੈਂਡੀਡੇਟ ਦਿੱਤਾ ਜਾਊਗਾ ਕਾਂਗਰਸ ਵੱਲੋਂ, ਔਰ ਜਿਹੜੇ ਮੋਬਾਈਲ ਜਾਂ ਸੀਲ ਬੰਦ ਲਿਫਾਫੇ 'ਚ ਆਊਗਾ? ਦੇਖੋ ਜੀ, ਖਲੀਫਾ ਸਾਹਿਬ ਕਾਂਗਰਸ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਰੱਖ ਰਹੇ ਨੇ ਉਹਦਾ ਪੱਖ, ਲੇਕਿਨ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਇਹਨਾਂ ਨੇ MLA ਦਾ ਨਾਂ ਲਿਆ, ਚਾਹੇ ਰਣਿੰਦਰ ਸਿੰਘ ਹੋਣ, ਚਾਹੇ ਸੁਖਬੀਰ ਮਨਪ੍ਰੀਤ ਸਿੰਘ ਬਾਦਲ ਹੋਣ, ਇਹ ਸਾਰੇ ਝੂਠ ਦੇ ਸੁਹਾਗ ਪਟਾਰੇ ਦੀਆਂ ਟੂੰਬਾਂ ਨੇ, ਜਿਹੜੀਆਂ ਕਿ ਪਤਾ ਲੱਗ ਗਿਆ ਵੀ ਪਿੱਤਲ ਨੇ, ਇਹ ਸੋਨਾ ਨਹੀਂ ਹੈਗਾ। ਪਹਿਲੀ ਗੱਲ। ਦੂਜੀ ਗੱਲ, ਲੜਾਉਣਾ ਕਿਹਨੂੰ ਅੱਜ ਤੱਕ ਪਤਾ ਨਹੀਂ ਹੈ।
ਤੀਜੀ ਗੱਲ ਇਹ ਜਿਹਨੂੰ ਵੀ ਲੜਾਉਣਗੇ ਉਹ ਬਲੀ ਦਾ ਬੱਕਰਾ ਬਣਾਉਣਗੇ, ਜਿਵੇਂ ਬੱਕਰੇ ਨੂੰ ਲੜਾ ਮਾਰਨ ਤੋਂ ਪਹਿਲਾਂ ਜਾਂ ਬਲੀ ਦੇਣ ਤੋਂ ਪਹਿਲਾਂ ਖਿਲਾਇਆ ਫਲਾਇਆ ਜਾਂਦਾ, ਤਿਆਰ ਕਰ ਰਹੇ ਹੋਣ, ਮੇਵੇ ਖਿਲਾ ਰਹੇ ਹੋਣ, ਇਹਨਾਂ ਕੋਲ ਕੋਈ ਕੈਂਡੀਡੇਟ ਹੈ ਹੀ ਨਹੀਂ। ਸਾਹਿਬ ਇਹ ਉਹੀ ਜਿਹੀਆਂ ਸਥਿਤੀਆਂ ਨੇ ਜਿਹੋ ਜਿਹੀ ਅੰਮ੍ਰਿਤਸਰ ਹੈ, ਤੁਸੀਂ ਵੀ ਹਰਭਜਨ ਸਿੰਘ ਨੂੰ ਲੱਭ ਰਹੇ ਹੋਣ, ਅੰਮ੍ਰਿਤਸਰ 'ਚ ਤੁਹਾਡੇ ਕੋਲ ਵੀ ਕੈਂਡੀਡੇਟ ਹੈ ਨਹੀਂ, ਉਹੀ ਜਿਹੀਆਂ ਸਥਿਤੀਆਂ। ਮੈਂ ਕੌਮੀ ਪਾਰਟੀ ਦੀ ਗੱਲ ਕਰ ਰਿਹਾ, ਮੈਂ ਇਹਦੇ ਤੇ ਵਾਪਸ ਆਉਣਾ, ਪਹਿਲਾਂ ਮੈਂ ਬਠਿੰਡੇ ਵਾਲੀ ਟਿੱਪਣੀ ਮੈਂ ਆਉਣਾ ਵਾਪਸ ਆਉਣਾ। ਬ੍ਰਾਦਰ ਸਾਹਿਬ ਤੁਸੀਂ ਅੱਜ ਬਠਿੰਡੇ ਦੀ ਸਥਿਤੀ ਕਿਵੇਂ ਵੇਖਦੇ ਹੋ? ਜਦੋਂ ਸੁਖਪਾਲ ਖਹਿਰਾ ਨੇ ਕਹਿ ਦਿੱਤਾ ਕਿ ਮੈਂ ਬਠਿੰਡੇ ਤੋਂ ਲੜਨਾ ਹੈ, ਤੇ ਸੁਖਪਾਲ ਖਹਿਰਾ ਇਸ ਵਕਤ ਵੀ ਬਠਿੰਡੇ 'ਚ ਪ੍ਰਚਾਰ ਕਰ ਰਹੇ ਨੇ, ਹੁਣ ਬੀਬੀ ਹਰਸਿਮਰਤ ਕੌਰ ਸਪਸ਼ਟ ਹੁੰਦੇ ਨਜ਼ਰ ਆ ਰਹੇ ਨੇ ਕਿ ਬੀਬੀ ਬਠਿੰਡੇ ਤੋਂ ਲੜੂ, ਕਿਉਂਕਿ ਸੁਖਬੀਰ ਬਾਦਲ ਦਾ ਰੁੱਖ ਬਣ ਰਿਹਾ ਹੈ ਫਿਰੋਜ਼ਪੁਰ ਦਾ। ਹਾਂਜੀ ਸਰ, ਪਹਿਲਾਂ ਤਾਂ ਮੈਂ ਗੱਲ ਕਲੀਫ ਸਾਹਿਬ 'ਤੇ ਕਿਹਾ ਵੀ ਸਾਡੇ ਜਿਹੜੇ ਕੈਂਡੀਡੇਟ ਹੈਗੇ ਆ ਤਿਆਰ ਬਰ ਤਿਆਰ ਹੈ। ਮੈਨੂੰ ਇੱਕ ਗੱਲ ਦੀ ਅਜੇ ਤੱਕ ਮੇਰੀ ਸੋਚ ਮੁਤਾਬਕ ਇਹ ਸਮਝ ਨਹੀਂ ਆਈ ਵੀ ਕਾਂਗਰਸ ਪਾਰਟੀ ਕਹਿੰਦੀ ਸਾਡਾ ਰਾਜ ਭਾਗ ਆ, ਅਸੀਂ 13 ਦੀਆਂ 13 ਹੀ ਸੀਟਾਂ ਜਿੱਤਾਂਗੇ। ਇਟ ਇਜ਼ ਇੰਪੋਸੀਬਲ, ਇੰਪੋਸੀਬਲ, ਇੰਪੋਸੀਬਲ ਜੀ। ਵਜ੍ਹਾ ਕੀ ਹੈ ਜੀ? ਜਿਵੇਂ ਤੁਸੀਂ ਪਹਿਲਾਂ ਬਠਿੰਡੇ ਦਾ ਜ਼ਿਕਰ ਕੀਤਾ, ਅੱਜ ਤੱਕ ਕੈਂਡੀਡੇਟ ਨਹੀਂ ਮਿਲੇ। ਨੰਬਰ 2, ਇਹਨਾਂ ਨੂੰ ਪ੍ਰੋਬਲਮ ਫਰੀਦਕੋਟ ਸੀਟ ਦੀ ਵੀ ਹੈਗੀ ਹੈ ਕਾਂਗਰਸ ਨੂੰ, ਕਾਂਗਰਸ ਨੂੰ ਉੱਥੇ ਵੀ ਇਹਨਾਂ ਨੂੰ ਕੋਈ ਵਧੀਆ ਕੈਂਡੀਡੇਟ ਨਹੀਂ ਮਿਲ ਰਿਹਾ ਜੀ। ਇਹ ਦਾਅਵਾ ਕਰਦੇ ਕਿ 13-13 ਦੀਆਂ ਸੀਟਾਂ ਜਿੱਤਾਂਗੇ। ਜਿਹੜਾ ਸਰ ਤਕੜਾ ਪਹਿਲਵਾਨ ਹੁੰਦਾ ਉਹ ਪਹਿਲਾਂ ਥਾਪੀ ਮਾਰ ਕੇ ਪਹਿਲੇ ਮੈਦਾਨ 'ਚ ਆ ਜਾਂਦਾ ਵੀ ਆ ਜਾਓ ਭਾਈ ਇੱਧਰ ਜੀ, ਠੀਕ ਹੈ ਨੀ ਗੱਲ। ਹੁਣ ਕੈਂਡੀਡੇਟ ਖੜੇ ਕਰਾਂਗੇ, ਕਦੋਂ ਹੋਊਗਾ, ਕੀ ਗੱਲ ਹੈ ਕੀ ਨਹੀਂ ਹੈ, ਮੈਂ ਇੱਕ ਦਾਅਵੇ ਨਾਲ ਗੱਲ ਕਹਿਣਾ। ਉੱਥੇ ਹਰਮਿੰਦਰ ਸਿੰਘ ਜੱਸੀ ਬਿਆਸ ਸਿੰਘ ਦੀ ਸਰਕਾਰ ਵੇਲੇ ਮੰਤਰੀ ਰਿਹਾ ਸੀ ਜੀ, ਔਰ ਸਿਰਸੇ ਵਾਲੇ ਸਾਹਿਬ ਦਾ ਰਿਸ਼ਤੇਦਾਰ ਆ ਉਹ ਜੀ। ਉਹ ਚਾਹੇ ਜਿਹਨੂੰ ਮਰਜ਼ੀ ਖੜਾ ਕਰਦੇ, ਚਾਹੇ ਮਨਪ੍ਰੀਤ ਬਾਦਲ ਹੋਵੇ, ਚਾਹੇ ਜੋ ਮਰਜ਼ੀ ਕੈਂਡੀਡੇਟ ਦੇਣ, ਅਗਰ ਉਹ ਬੰਦਾ ਇਹਨਾਂ ਦੇ ਭਰੋਸੇ 'ਚ ਨਾ ਆਇਆ ਤੇ ਇਹਨਾਂ ਨੂੰ ਬਠਿੰਡੇ ਵਾਲੀ ਸੀਟ ਕੱਢਣੀ ਬਹੁਤ ਔਖੀ ਹੈ। ਅੱਛਾ, ਤੁਹਾਨੂੰ ਲੱਗਦਾ ਕਿ ਹੁਣ ਵੀ ਉੱਥੇ ਜੱਸੀ ਦਾ ਪ੍ਰਭਾਵ ਹੈ? ਬਿਲਕੁਲ ਜੀ, ਬਿਲਕੁਲ, ਜੱਸੀ ਦਾ ਪ੍ਰਭਾਵ ਇਸ ਕਰਕੇ ਹੈ ਜੀ, ਉਹਦਾ ਕਾਰਨ ਹੈ ਕਿਉਂਕਿ ਦੋਨੋਂ ਕੁੜਮ ਆ ਬਈ ਦੀ, ਚਾਹੇ ਆਪਣੀ ਰਿਸ਼ਤੇਦਾਰੀਆਂ 'ਚ ਕਦੇ ਵੀ ਆਪਣਾ ਮਾੜਾ ਮੋਟਾ ਇਤਰਾਜ਼ ਜਿਹੜਾ ਹੋ ਜਾਂਦਾ ਜਦੋਂ ਕਿਸੇ ਪ੍ਰੈਸ਼ਰ ਇਸ਼ੂ ਦੀ ਗੱਲ ਆਉਂਦੀ ਹੈਗੀ ਹੈ, ਅਤੇ ਜੱਸੀ ਦੇ ਨਾਲ ਉਹਦੀ ਲੜਕੀ ਨੇ, ਉਹਦੇ ਜਵਾਈ ਨੇ, ਉਹਦੇ ਜਿਹੜੇ ਡੇਰਾ ਪ੍ਰੇਮੀ ਹੈਗੇ ਆ, ਉਹਨਾਂ ਨੇ ਸਰ ਜਾਣਾ ਹੀ ਜਾਣਾ, ਉਹਨਾਂ ਨੇ ਕਾਂਗਰਸ ਮਗਰ ਨਹੀਂ ਜਾਣਾ ਜੀ। ਜੀ ਸਰ ਜੀ, ਚਲੋ, ਤੁਹਾਡਾ ਮਤਲਬ ਹੈ ਕਿ ਬਠਿੰਡੇ 'ਚ ਡੇਰਾ ਫੈਕਟਰ ਹਜੇ ਕੰਮ ਕਰੂਗਾ? ਬਿਲਕੁਲ ਕਰ ਰਿਹਾ ਜੀ, ਚਲੋ ਕਰੂਗਾ ਜੱਸੀ ਦੇ ਨਾਲ, ਜੱਸੀ ਦੇ ਨਾਲ, ਹਰਮਿੰਦਰ ਸਿੰਘ ਜੱਸੀ ਦੇ ਨਾਲ। ਚਲੋ, ਹੁਣ ਦੂਸਰੀ ਗੱਲ ਆ ਗਈ ਜੀ ਹਰਸਿਮਰਤ ਤੇ ਬੀਬਾ ਬਾਦਲ ਦੀ। ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਦੇ ਮੁੱਖ ਮੰਤਰੀ ਰਹੇ ਜੀ। ਸੁਖਬੀਰ ਸਿੰਘ ਬਾਦਲ ਸੈਂਟਰ 'ਚ ਵਜ਼ੀਰ ਰਹੇ ਆ, 2 ਵਾਰੀ ਡਿਪਟੀ ਮੁੱਖ ਮੰਤਰੀ ਰਹੇ ਸਰ ਜੀ। ਬੀਬਾ ਬਾਦਲ ਅੱਜ ਸੋਰੀ ਮਿਨਿਸਟਰ ਹੈ, ਕੈਬਨਿਟ ਮਿਨਿਸਟਰ ਹੈਗੀ ਅੱਜ ਦੀ ਡੇਟ ਦੇ ਵਿੱਚ ਵੀ। ਅਜੇ ਤੱਕ ਜੇ ਕੋਈ ਉੱਥੇ ਕਹਿੰਦੇ ਜੀ ਅਸੀਂ ਆਹ ਡਿਵੈਲਪਮੈਂਟ ਕੀਤੀ, ਉਹ ਕੀਤੀ, ਉਹ ਕੀਤੀ, ਜੇ ਕੀਤਾ, ਜਿਹੜੀ ਡਿਵੈਲਪਮੈਂਟ ਦੀ ਗੱਲ ਹੈ ਸਰ, ਕਿਸੇ ਨੇ ਜਿਹੜੀਆਂ ਉੱਤੇ ਕੰਧਾਂ ਖੜੀਆਂ ਕੀਤੀਆਂ ਜਾਂ ਪੱਥਰ ਲਾਏ ਜਾਂ ਕੰਕਰੀਟ ਲਾਏ ਆ, ਉਹਨਾਂ ਦਾ ਲੋਕਾਂ ਦਾ ਢਿੱਡ ਨਹੀਂ ਭਰਦਾ ਜੀ। ਬਠਿੰਡਾ, ਮਾਨਸਾ, ਬੁਢਲਾਡਾ ਇਹ ਜਿਹੜਾ ਏਰੀਆ ਹੈਗਾ, ਇਹ ਬੜਾ ਪਛੜਿਆ ਏਰੀਆ, ਹਜੇ ਵੀ ਪਛੜਿਆ ਸਰ। ਅੱਜ ਤੱਕ ਕੋਈ ਵੀ ਸਰਕਾਰ ਆਈ ਹੈ, ਕੋਟਕਪੂਰੇ ਤੋਂ ਬਠਿੰਡੇ ਤੱਕ 2 ਸੜਕਾਂ ਜਾਂਦੀਆਂ, ਇੱਕ ਵਾਇਆ ਬਾਜਾ ਖਾਨਾ ਅਤੇ ਇੱਕ ਵਾਇਆ ਜੈਤੋ ਜੀ। ਬਾਜੇ ਖਾਨੇ ਤੋਂ ਬਠਿੰਡੇ ਨੂੰ ਹੋ ਜਾਈਏ, ਗੋਨੇ ਵਾਲੇ ਦੇ ਉਰਲੇ ਉਰਲੇ ਪਾਸੇ ਅਜੇ ਵੀ ਮਾਰੂ ਜ਼ਮੀਨਾਂ ਹੈ, ਜਿੱਥੇ ਲੋਕਾਂ ਦਾ ਸਿੰਚਾਈ ਦਾ ਸਾਧਨ ਕੋਈ ਨਹੀਂ ਜੀ। ਹਾਲਾਂਕਿ ਬਠਿੰਡੇ ਯੂਨੀਵਰਸਿਟੀ ਹੈਗੀ ਹੈ, ਪਰ ਯੂਨੀਵਰਸਿਟੀ ਵਾਲਿਆਂ ਦਾ ਧਿਆਨ ਨਹੀਂ ਜ਼ਿਆਦਾ, ਉੱਥੇ ਕੀ ਆ ਮਾਰੂ ਵਾਣ ਛੋਲੇ ਜ਼ਿਆਦਾ ਹੁੰਦੀ ਹੈਗੀ ਹੈ। ਦੂਜੀ ਗੱਲ ਇੱਕ ਇਹ ਹੈਗੀ ਹੈ ਵੀ ਜੇ ਆਪਾਂ ਵਾਇਆ ਜੈਤੋ ਹੋ ਕੇ ਜਾਈਏ,
ਉਧਰਲੇ ਪਾਸੇ ਵੀ ਦੇਖ ਲਓ ਟਿੱਬੇ ਆ ਤੇ ਬਠਿੰਡੇ ਵਾਲੀ ਸੜਕ ਜੇ ਬਾਜੇ ਖਾਨੇ ਵਾਲੀ ਸੜਕ ਤੇ ਵੀ ਟਿੱਬੇ ਆ ਤੇ ਜੈਤੋ ਵਾਲੀ ਸੜਕ ਮਤਲਬ ਵਿਕਾਸ ਬਾਹਰ ਆਈ ਜਾਂਦਾ ਆਪ ਮਹਾਰੇ ਵਿਕਾਸ ਬਾਹਰ ਆਈ ਜਾਂਦਾ ਮਹਾਰੇ ਆਈ ਜਾਂਦਾ ਜੀ ਉੱਥੇ ਲੋਕ ਕੋਈ ਸੌਖੇ ਨਹੀਂ ਜੀ ਕੋਈ ਕੁਛ ਨਹੀਂ ਦੂਜੀ ਗੱਲ ਇੱਕ ਜੇ ਅਕਾਲੀ ਦਲ ਪਾਰਟੀ ਵਾਲੇ ਜਾਂ ਭਾਜਪਾ ਵਾਲੇ ਗੱਲ ਕਹਿੰਦੇ ਆ ਕਿ ਅਸੀਂ ਬਠਿੰਡਾ ਛੱਡ ਕੇ ਫਿਰੋਜ਼ਪੁਰ ਜਾਣਾ ਹੈ ਹੋਰ ਕੈਂਡੀਡੇਟ ਵੀ ਖੜੇ ਕਰਤੇ ਉਹ ਤਾਂ ਪੁਰਾਣੇ ਪੋਲੀਟੀਕਲ ਬੰਦੇ ਹੈਗੇ ਆ ਬਾਦਲ ਸਾਹਿਬ ਦਾ ਕਿੰਨਾ ਕਿੰਨੀ ਲਾਈਫ ਹੈ ਸੀਐਮ ਸਾਹਿਬ ਆਪ ਸੀਗੇ ਡਿਪਟੀ ਸੀਐਮ ਸੀਗੇ ਬੀਬਾ ਜੀ ਆਪ ਉੱਥੋਂ ਮਿਨਿਸਟਰ ਰਹੇ ਆ ਤੇ ਇਹਨਾਂ ਨੂੰ ਫਿਰ ਡਰ ਕਾਹਦਾ ਅਨਾਊਂਸ ਕਰਦੇ ਨੇ ਫਿਰ ਜੀ ਸਾਰਾ ਏਰੀਆ ਮੇਰਾ ਪੈਰਾਂ ਨਾਲ ਗਾਇਆ ਹੋਇਆ ਜੀ ਬਿਲਕੁਲ ਇਹਨਾਂ ਦੀ ਗੱਲ ਚ ਸੱਚਾਈ ਹੋ ਸਕਦੀ ਹੈ ਮੈਂ ਨੀ ਇਹ ਚ ਕਹਿੰਦਾ ਲੇਕਿਨ ਜਿਵੇਂ ਕਹਿ ਰਹੇ ਨੇ ਆਪਣਾ ਇਹਨਾਂ ਦੀ ਗੱਲ ਕਰਦੇ ਨੇ ਆਪਣਾ ਖਹਿਰਾ ਸਾਹਿਬ ਦੀ ਮੈਂ ਤਾਂ ਉਹਨਾਂ ਨੂੰ ਬਗਾਨੀ ਸ਼ਾਦੀ ਚ ਅਬਦੁੱਲਾ ਦੀਵਾਨਾ ਆਪਣਾ ਹਲਕਾ ਦੁਆਬੇ ਚ ਤੁਰੇ ਫਿਰਦੇ ਬਠਿੰਡੇ ਨਾ ਘਰ ਦਾ ਪਤਾ ਨਾ ਘਾਟ ਦਾ ਪਤਾ ਜੇਤਲੀ ਸਾਹਿਬ ਵੀ ਅੰਮ੍ਰਿਤਸਰ ਆਏ ਸੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਤਾਂ ਉਹਨਾਂ ਦਾ ਆਪਣਾ ਪਰਿਵਾਰ ਸੀ ਉਹਨਾਂ ਦਾ ਆਪਣੀ ਰਿਹਾਇਸ਼ ਸੀ ਆਪਣਾ ਪਰਿਵਾਰ ਉੱਥੇ ਰਹਿੰਦਾ ਸੀ ਸਰ ਮੈਂ ਇਹ ਗੱਲ ਨਹੀਂ ਕਹਿੰਦਾ ਆਪਣਾ ਛੱਡ ਕੇ ਤੇ ਉੱਥੇ ਤੁਰੇ ਫਿਰਦੇ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਨਾ ਕਰਨਾ ਘਾਟ ਆਪਦੇ ਘਰ ਚ ਕੁਛ ਕਰਦੇ ਨੀ ਗੇ ਕੁਛ ਕੀਤਾ ਨੀ ਨਾ ਕਰਨਾ ਉੱਥੇ ਬਠਿੰਡੇ ਜਾ ਕੇ ਲੋਕਾਂ ਨੂੰ ਬੰਬਰ ਕਰਨਗੇ ਮੈਨੂੰ ਨੀ ਸਮਝ ਆਉਂਦੀ ਕਿੱਦਾਂ ਕਰਨਗੇ ਦੂਜੀ ਗੱਲ ਇਹ ਕਹਿੰਦੇ ਨੇ ਕਾਂਗਰਸ ਦੀ ਗੱਲ ਕਰਦੇ ਨੇ ਵੀ ਕਾਂਗਰਸ ਦੇ ਕੋਲ ਜੱਸੀ ਦੀ ਗੱਲ ਕੀਤੀ ਬਿਲਕੁਲ ਦਰੁਸਤ ਹੈ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹੈ ਪਰ ਜੱਸੀ ਕਾਂਗਰਸ ਵਾਲਿਆਂ ਨੂੰ ਪੁੱਛ ਤਾਂ ਲਓ ਵੀ ਉਹਨਾਂ ਦੀ ਗੱਲ ਮੰਨਦਾ ਵੀ ਹੈਗਾ ਤੁਸੀਂ ਮੈਨੂੰ ਇਹ ਸਪਸ਼ਟ ਦਿਓ ਕਿ ਸੁਖਬੀਰ ਬਾਦਲ ਦੇ ਫਿਰੋਜ਼ਪੁਰ ਤੋਂ ਚੋਣ ਲੜਨ ਦੇ ਨਾਲ ਤੁਹਾਨੂੰ ਲੱਗਦਾ ਕਿ ਪੂਰੇ ਪੰਜਾਬ ਚ ਸੁਨੇਹਾ ਜਾਊਗਾ ਕਿ ਅਕਾਲੀ ਦਲ ਦਾ ਪ੍ਰਧਾਨ ਆਪ ਚੋਣ ਲੜ ਰਿਹਾ ਤੁਹਾਡੇ ਵਰਕਰ ਉਤਸ਼ਾਹਿਤ ਹੋਣਗੇ ਸਾਹਿਬ ਜਰਨੈਲ ਉਹੀ ਹੁੰਦਾ ਜਿਹੜਾ ਸਭ ਤੋਂ ਮੂਹਰੇ ਖੜਾ ਹੋ ਕੇ ਜੰਗ ਚ ਲੜੇ ਉਹਨੀ ਜਰਨੈਲ ਕਹਿੰਦੇ ਨੇ ਉਹੀ ਪਰਫੈਕਟ ਜਰਨੈਲ ਹੁੰਦਾ ਜਿੱਥੋਂ ਤੱਕ ਇਹਨਾਂ ਕਹਿੰਦੇ ਬੇਟੇ ਦੀ ਟਿਕਟ ਅਪਲਾਈ ਕੀਤੀ ਆ ਫਿਰ ਉਡੀਕਦੇ ਕਿ ਟਿਕਟ ਦੇ ਕੇ ਖਤਮ ਕਰੋ ਕੀ ਗੱਲ ਉਡੀਕਦੇ ਤੁਸੀਂ ਕੁਛ ਕਦੇ ਕੁਛ ਕਦੇ ਕੁਛ ਨਹੀਂ ਚਲੋ ਰਾਮਿੰਦਰਾ ਦੇ ਬੇਟੇ ਨੇ ਵੀ ਸਵਾਲ ਦੇ ਬਦਲੇ ਸਵਾਲ ਨਹੀਂ ਹੋਰ ਬੜੇ ਸਵਾਲ ਦੇ ਬਦਲੇ ਸਾਰੇ ਮੁੱਖ ਮੰਤਰੀ ਸਾਹਿਬ ਦਾ ਬੇਟਾ ਉੱਥੋਂ ਹਾਰ ਗਿਆ ਤੁਸੀਂ ਕਹਿ ਰਹੇ ਹੋ ਬਾਦ ਸਾਹਿਬ ਦਾ ਸਵਾਲ ਉੱਥੋਂ ਹਾਰ ਗਿਆ ਕਿੰਨੇ ਲੋਕ ਹਾਰ ਗਏ ਮੇਰੇ ਇੱਕ ਇੱਕ ਕਰਕੇ ਸਵਾਲ ਦਾ ਜਵਾਬ ਕਿਸੇ ਨੇ ਨਹੀਂ ਉੱਥੋਂ ਜਿੱਤਣਾ ਜਿੰਨਾ ਮਰਜ਼ੀ ਜੋ ਲਾ ਲਓ ਸਵਾਲ ਦਾ ਜਵਾਬ ਦਿਓ ਕੰਫੀਡੈਂਟ ਹੈਗੇ ਹੋ ਸੁਖਬੀਰ ਬਾਦਲ ਫਿਰੋਜ਼ਪੁਰ ਤੇ ਬੀਬੀ ਹਰਸਿਮਰਤ ਕੌਰ ਬਠਿੰਡੇ ਤੋਂ ਕਿਉਂਕਿ ਪਿਛਲੀ ਵਾਰੀ ਤੁਸੀਂ 19,000 ਤੇ ਮਸਾਂ ਜਿੱਤੇ ਨਹੀਂ ਨਹੀਂ ਮਸਾਂ ਨਹੀਂ ਹੁੰਦਾ ਜੀ ਜਿੱਤ ਹੁੰਦੀ ਹੈ ਜੀ ਦੂਜੀ ਗੱਲ ਜਿਹੜੀ ਤੁਸੀਂ ਕੁਐਸਚਨ ਪੁੱਛ ਰਹੇ ਹੋ ਮਸਾਂ ਜਿੱਤ ਹੋਈ ਮਸਾਂ ਚਲੋ ਹੁਣ ਤੁਹਾਡੇ ਕਹਿਣ ਦਾ ਹੋ ਸਕਦੀ ਹੈ ਸਾਡੇ ਕਹਿਣ ਦਾ ਨਹੀਂ ਹੈਗੀ ਹੁਣ ਜਿਵੇਂ ਤੁਸੀਂ ਕਹਿੰਦੇ ਵੀ ਕੌਨਫੀਡੈਂਟ ਹੋ ਵੀ ਬੀਬਾ ਜੀ ਉੱਥੋਂ ਲੜਨਗੇ ਤੇ ਪ੍ਰਧਾਨ ਜੀ ਉੱਥੋਂ ਲੜਨਗੇ ਇਹਦਾ ਆਫੀਸ਼ੀਅਲ ਜਿਹੜਾ ਡਿਸੀਜਨ ਹੈ ਉਹ ਤਾਂ ਕੋਰ ਕਮੇਟੀ ਅਕਾਲੀ ਦਲ ਲਊਗੀ ਮੈਂ ਭਾਰਤੀ ਜਨਤਾ ਪਾਰਟੀ ਦਾ ਬੁਲਾਰਾ ਇਸ ਕਰਕੇ ਮੈਂ ਕਹਾਂਗਾ ਜਿੱਥੋਂ ਵੀ ਲੜਨਗੇ ਉਹ ਐਡੀਏ ਨੂੰ ਲੀਡ ਕਰਨਗੇ ਜੀ ਬਸ ਚਲੋ ਹਾਂਜੀ ਮਠਾੜੂ ਸਾਹਿਬ ਤੁਸੀਂ ਟਿੱਪਣੀਆਂ ਕਾਫੀ ਦੇਰ ਦੇ ਸੁਖਪਾਲ ਖਹਿਰੇ ਦੇ ਅਨਾਊਂਸਮੈਂਟ ਤੋਂ ਬਾਅਦ ਹੁਣ ਕੀ ਹੈ ਸੁਖਪਾਲ ਖਹਿਰਾ ਸਾਹਿਬ ਦੀ ਅਨਾਊਂਸਮੈਂਟ ਤਾਂ ਨਹੀਂ ਰਹਿ ਜੂ ਜ਼ਮੀਨੀ ਪੱਧਰ ਤੇ ਉੱਥੇ ਪ੍ਰਭਾਵ ਦਿਖੂਗਾ ਆਉਣ ਵਾਲੇ ਦਿਨਾਂ 'ਚ ਜੱਲਾ ਸਾਹਿਬ ਇਸ ਤਰ੍ਹਾਂ ਦੀ ਖਹਿਰਾ ਸਾਹਿਬ ਨੇ ਪਹਿਲਾਂ ਬਹੁਤ ਟਾਈਮ ਲਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਕਿੱਥੋਂ ਲੜਦੀ ਆ ਬਠਿੰਡੇ ਤੋਂ ਲੜਦੀ ਆ ਫਿਰੋਜ਼ਪੁਰ ਤੋਂ ਲੜਦੀ ਆ ਜਿੱਥੋਂ ਵੀ ਲੜਦੀ ਆ ਮੈਂ ਉੱਥੋਂ ਲੜਾਂਗਾ ਲੇਕਿਨ ਉਹਨਾਂ ਨੇ ਵੇਖਿਆ ਹੁਣ ਮੈਂ ਬਰਾੜ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਵੀ ਉਹਨਾਂ ਨੇ ਨਵੀਂ ਪਾਰਟੀ ਆ ਉਹਨਾਂ ਨੇ ਧੜਲੇ ਨਾਲ ਅਨਾਊਂਸ ਕਰਤਾ ਵੀ ਮੈਂ ਬਠਿੰਡੇ ਤੋਂ ਲੜੂੰਗਾ ਠੀਕ ਆ ਹੋਰ ਵੀ ਜਿਹੜੀਆਂ 11 ਸੀਟਾਂ ਲਗਭਗ ਕਰਤੀਆਂ ਨੇ ਅਨਾਊਂਸ ਉਹ ਉੱਥੋਂ ਲੜਨਗੇ ਔਰ ਉੱਥੋਂ ਜਿੱਤਣਗੇ ਜਿੱਤ ਯਕੀਨੀ ਆ ਮੈਂ ਦਾਅਵੇ ਨਾ ਕਹਿੰਦਾ ਇੱਕ ਗੱਲ ਕਿਉਂਕਿ ਜੋ ਹਾਲਾਤ ਮੈਨੂੰ ਇਹ ਦੱਸਣ ਬੀ ਜੇ ਪੀ ਵਾਲੇ ਵੀ ਬੋਲ ਰਹੇ ਹੁਣ
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਹ ਤਾਂ ਪੁੱਛੋ ਬੀਬਾ ਨੂੰ ਕਿਹੜਾ ਪਿੰਡ ਗੋਦ ਲਿਆ ਸੀ ਉਹਦਾ ਹਾਲ ਕੀ ਹੈ, ਜਾ ਕੇ ਦੇਖੋ ਤੁਸੀਂ, ਚਲੋ ਮੇਰੇ ਨਾਲ। ਗੁਰਦਾਸਪੁਰ ਵਾਲੇ ਦਾ ਵੀ ਹਾਲ ਮਾੜਾ ਹੈ, ਉਹਦਾ ਦੇਸ਼ ਦੇ ਲਗਭਗ ਬਹੁਤ ਸਾਰੇ ਪਿੰਡ ਉਸੇ ਸਾਹਮਣੇ ਗੋਦ ਵਾਲੇ। ਦੂਸਰੀ ਗੱਲ, ਸਭ ਪਿੰਡਾਂ ਦੀ ਚੌਕੀਦਾਰੀ ਹੋਈ ਨਹੀਂ, ਸੁਖਬੀਰ ਬਾਦਲ ਗੋਦੀਓਂ ਲੈ ਕੇ ਪਿੰਡ ਬੋਲ, ਸੁਖਬੀਰ ਬਾਦਲ ਸਾਹਿਬ ਨੂੰ ਇਹ ਭੁਲੇਖਾ ਲੱਗ ਗਿਆ ਵੀ ਘੁਬਾਇਆ ਸਾਹਿਬ ਇੱਥੋਂ ਮਤਲਬ ਕਾਂਗਰਸ ਚਲੇ ਗਏ ਅਤੇ ਸੀਟ ਖਾਲੀ ਹੋ ਗਈ ਅਤੇ ਮੈਂ ਇੱਥੋਂ ਲੜਾਂ ਕਦੇ ਜਿੱਤ ਜਾਊਂਗਾ। ਉੱਥੇ ਦਾ ਜਿਹੜਾ ਅਜੇ ਵੀ ਉਹਨਾਂ ਦਾ ਜਿਹੜਾ ਪ੍ਰਭਾਵ ਆ ਰਾਏ ਸਿੱਖ ਵੋਟਾਂ ਦਾ, ਉਹ ਜਾਊਗਾ ਕਾਂਗਰਸ ਨੂੰ, ਜਿੱਥੇ ਘੁਬਾਇਆ ਜਾਊਗਾ ਉੱਥੇ ਜਾਊਗਾ ਉੱਥੇ, ਇੱਕ ਗੱਲ। ਲੇਕਿਨ ਉੱਥੇ ਵੀ ਉੱਥੇ ਦੇਖੋ ਸਾਡੀ ਸੀ ਪੀ ਆਈ ਦਾ ਜਾਂ ਕੈਂਡੀਡੇਟ ਆ, ਚਲੋ ਉਹ ਗੱਲ ਉਹ ਗੱਲ, ਮੈਂ ਗੱਲ ਕਰਦਾ ਫਿਰੋਜ਼ਪੁਰ ਤੋਂ ਉਹ ਨਹੀਂ ਜਿੱਤਣਗੇ, ਉਹਨਾਂ ਦੀ ਜਿਹੜੀ ਹਾਲਤ ਪਤਲੀ ਆ ਅਕਾਲੀ ਦਲ ਦੀ ਉਹਨਾਂ ਦੀ, ਮੈਂ ਕਹਿੰਦਾ ਵੀ ਜਿੱਥੋਂ ਮਰਜ਼ੀ ਖੜੇ ਹੋਣ ਉਹ ਜੇ ਨਹੀਂ ਜਰਨੈਲ ਨੇ ਇਹਨਾਂ ਦੇ ਮੁਤਾਬਕ ਉਹ ਬਠਿੰਡੇ ਤੋਂ ਕਾਹਦੀ ਖੜਦੇ ਜੀ, ਬਠਿੰਡੇ ਤੋਂ ਖੜ ਖਹਿਰਾ ਸਾਹਿਬ ਦੇ ਮੁਕਾਬਲੇ, ਫਿਰ ਦੇਖੋ ਕਿੱਦਾਂ ਇਹਨਾਂ ਦੀ ਹਾਰ ਕਿੱਦਾਂ ਹੁੰਦੀ ਹੈ। ਸੁਖਬੀਰ ਬਾਦਲ ਖਹਿਰਾ ਦੇ ਮੁਕਾਬਲੇ, ਮੈਂ ਚਾਹੁੰਦਾ ਨੀਗਾ, ਮੈਂ ਕਹਿੰਦਾ ਵੀ ਜਿੱਥੋਂ ਮਰਜ਼ੀ ਲੜੇ, ਲੇਕਿਨ ਉਹਨਾਂ ਨੂੰ ਇਹ ਪਤਾ ਲੱਗ ਜੂਗਾ ਵੀ ਉਹ ਜਿਹੜੇ ਜਰਨੈਲ ਨੇ ਅੱਜ ਉਹਨਾਂ ਦੀ ਹਾਲਤ ਇੰਨੀ ਮਾੜੀ ਆ ਵਿਸ਼ਵ ਦੇ ਵਿੱਚ, ਉਹਨਾਂ ਦਾ ਜਿਹੜਾ ਸਿੱਖ ਕਮਿਊਨਿਟੀ ਦੇ ਵਿੱਚ ਮਾੜਾ ਅਸਰ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ, ਉਹ ਜਿਹੜੇ ਕਾਤਲ ਨੇ ਇਹ ਕਤਲ ਕੀਤੇ ਜਿਹੜੇ ਹੋਏ ਨੇ ਬੱਚੇ ਨੌਜਵਾਨ, ਉਹਨਾਂ ਦੀ ਜ਼ਿੰਮੇਵਾਰੀ ਵੀ ਇਹਨਾਂ ਸਿਰ 'ਤੇ ਆਉਂਦੀ ਆ। ਅੰਡਰਸਟੂਡ ਆ ਕਈ ਗੱਲਾਂ, ਕਈ ਗੱਲਾਂ ਜ਼ਰੂਰੀ ਨਹੀਂ ਉਹਨੂੰ, ਅਤੇ ਹਾਂਜੀ ਮੈਂ ਟਿੱਪਣੀ ਲੈਣਾ, ਹਾਂਜੀ ਮੈਂ ਉਹਨਾਂ ਤੁਹਾਡੇ ਕੋਲ, ਹਾਂਜੀ ਛੋਟਾ ਜਿਹਾ ਰਿਐਕਸ਼ਨ ਦੇਈਏ ਉਹਨੂੰ। ਮੈਂ ਇਹ ਕਹਿਣਾ ਚਾਹੁੰਦਾ ਵੀ ਮੈਨੂੰ ਮਠਾੜੂ ਸਾਹਿਬ ਦੀ ਅੱਜ ਤੱਕ ਇਹ ਨਹੀਂ ਸਮਝ ਆਈ ਵੀ ਇਹ ਪੰਜਾਬੀ ਏਕਤਾ ਪਾਰਟੀ ਜਾਂ ਪੰਜਾਬ ਏਕਤਾ ਪਾਰਟੀ 'ਚ ਨੇ ਜਾਂ ਕਾਂਗਰਸ ਪਾਰਟੀ 'ਚ ਨੇ, ਜਦੋਂ ਬੋਲਦੇ ਹੋ ਕਾਂਗਰਸ ਨੂੰ ਬਹੁਤ ਪੈਪਰ ਕਰਦੇ ਨੇ। ਮੈਂ ਮੁੱਦੇ ਦੀ ਗੱਲ ਕਰਦਾ, ਮੁੱਦੇ ਦੀ ਗੱਲ ਕਿਹੜੀ ਹੈ, ਤੁਹਾਡੇ ਖਹਿਰਾ ਸਾਹਿਬ ਨੇ ਕਿਹਾ ਜਿੱਥੋਂ ਬੀਬਾ ਜੀ ਲੜਨ ਉੱਥੋਂ ਲੜੂ, ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਹੁਣ ਪੈਨਲ ਤੇ, ਇਸ ਚੈਨਲ ਤੇ ਬੈਠ ਕੇ ਤੁਸੀਂ ਮੈਨੂੰ ਇਹ ਦੱਸੋ ਵੀ ਅਗਰ ਬਾਈ ਚਾਂਸ ਅਕਾਲੀ ਦਲ ਫੈਸਲਾ ਕਰ ਲੈਂਦੇ ਬੀਬਾ ਜੀ ਫਿਰੋਜ਼ਪੁਰ ਤੋਂ ਲੜਨਗੇ ਤੇ ਕਿਆ ਤੁਹਾਡੇ ਖਹਿਰਾ ਸਾਹਿਬ ਉੱਥੇ ਜਾਣਗੇ? ਪੰਜਾਬੀ ਚ ਇਹ ਵੀ ਕਹਾਵਤ ਹੁੰਦੀ ਹੈ ਜੇ ਕੋਈ ਉਮੀਦਵਾਰ ਇੱਕ ਸੀਟ ਤੋਂ ਦੂਜੇ ਪਾਸੇ ਜਾਂਦਾ ਤੇ ਆਮ ਲੋਕ ਕਈ ਵਾਰੀ ਇਹ ਵੀ ਕਹਿ ਦਿੰਦੇ ਨੇ ਵੀ ਡਰ ਕੇ ਭੱਜ ਗਏ। ਸੋ ਇਹ ਸਿਆਸਤ ਹੈ, ਲੋਕਾਂ ਕੋਲੇ ਬਹੁਤ ਤਾਕਤ ਹੁੰਦੀ ਹੈ। ਪਰਮਜੀਤ ਬਰਾੜ ਜੀ, ਹੁਣ ਮੈਂ ਮਸਲਿਆਂ ਤੇ ਆਊਂਗਾ, ਦੋ ਜਗ੍ਹਾ ਤੇ ਕਿਰਦਾਰਾਂ ਦੀ ਲੜਾਈ ਹੈ, ਕਿਰਦਾਰਾਂ ਦੀ ਲੜਾਈ ਹੈ ਖਡੂਰ ਸਾਹਿਬ ਦੀ ਸੀਟ ਤੇ ਜਿੱਥੇ ਬੀਬੀ ਪਰਮਜੀਤ ਕੌਰ ਖਾਲੜਾ ਤੇ ਬੀਬੀ ਜਗੀਰ ਕੌਰ ਹੈ। ਤੁਹਾਡੀ ਨਜ਼ਰ 'ਚ ਕੀ ਜਦੋਂ ਲੋਕ ਉੱਥੇ ਵੋਟਾਂ ਪਾਉਣਗੇ ਤਾਂ ਉਹਨਾਂ ਦੇ ਜ਼ਿਹਨ 'ਚ ਕਿਰਦਾਰ ਹੋਣਗੇ, ਕਿਰਦਾਰ ਕਿੱਡਾ ਕੁ ਵੱਡਾ ਬਣੂਗਾ, ਔਰ ਉਹ ਵੀ ਦੋ ਬੀਬੀਆਂ ਦੇ ਕਿਰਦਾਰਾਂ ਦੀ ਰਾਜਨੀਤਿਕ ਲੜਾਈ ਬਣ ਰਹੀ ਹੈ? ਸਰ ਜਿਹੜੀ ਕਿਰਦਾਰ ਵਾਲੀ ਗੱਲ ਹੈ, ਮੈਂ ਕਿਰਦਾਰਾਂ ਦੀ ਵਿਆਖਿਆ ਨਹੀਂ ਚਾਹੁੰਦਾ, ਲੋਕ ਕੀ ਸੋਚਣਗੇ? ਲੋਕ ਇਹੀ ਗੱਲ ਸੋਚਣਗੇ, ਲੋਕ ਘੱਟੋ ਘੱਟ ਜਿਹੜਾ ਵੀ ਕੈਂਡੀਡੇਟ ਹੈਗੀ ਹੈ ਉਹ ਕੈਂਡੀਡੇਟ ਦੀ ਬੈਕਗਰਾਊਂਡ ਤੱਕ ਜਾਣਗੇ ਵੀ ਕਿਹੜੇ ਕਿਹੜੇ ਕੈਂਡੀਡੇਟ ਨੇ ਅੱਜ ਤੱਕ ਕੀ ਕੁਛ ਕੀਤਾ। ਮੈਂ ਬੀਬੀ ਪਰਮਜੀਤ ਖਾਲੜਾ ਦੀ ਗੱਲ ਕਰ ਰਿਹਾ ਜੀ, ਉਹਨਾਂ ਦੇ ਹਸਬੈਂਡ ਦੀ ਕਿੱਡੀ ਕੁਰਬਾਨੀ ਆ, ਔਰ 25,000 ਮੁੰਡਾ 78 ਤੋਂ ਲੈ ਕੇ 95 ਤੱਕ ਡਿਸਅਪੀਅਰ ਹੋਇਆ ਜੀ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ, ਉਹ ਖਾਲੜਾ ਸਾਹਿਬ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੇ ਪਿੱਛੇ ਪਏ, ਬਹੁਤ ਸਾਰੇ ਮੁੰਡਿਆਂ ਦਾ ਪਤਾ, ਔਰ ਉਹਨਾਂ ਨੂੰ ਖਮਿਆਜਾ ਭੁਗਤਣਾ ਵੀ ਪੈ ਗਿਆ। ਉਦੋਂ ਬਾਅਦ 20 ਸਾਲ ਲੜਾਈ ਲੜੀ ਬੀਬਾ ਖਾਲੜਾ ਜੀ ਨੇ, ਉਹਨਾਂ ਨੇ ਵੀ ਇਨਸਾਫ ਲਿਆ। ਅੱਜ ਲੋਕਾਂ ਦੇ ਵਿੱਚ ਉਹਨਾਂ ਦਾ ਮੋਹ ਪਿਆਰ ਸਤਿਕਾਰ ਜਾਂ ਜਿਹੜੇ ਸਿੱਖ ਬੁੱਧੀਜੀਵੀ ਸਹੀ ਸੋਚ ਵਾਲੇ ਬੰਦੇ ਹੈਗੇ ਆ ਉਹ ਤਾਂ ਜਾਣਗੇ ਬੀਬੀ ਖਾਲੜਾ ਜੀ ਵਿੱਚ ਜੀ। ਦੂਜੀ ਗੱਲ ਬੀਬੀ ਜਗੀਰ ਕੌਰ ਜੀ ਹੈ, ਬੜੇ ਸਤਿਕਾਰਯੋਗ ਲੀਡਰ ਹੈ। ਗੱਲ ਇਹ ਵੀ ਕੁਛ ਨਾ ਕੁਛ ਉੱਥੇ ਪ੍ਰੋਬਲਮ ਇਹਨਾਂ ਨੂੰ ਕ੍ਰੀਏਟ ਆਊਗੀ ਜੀ, ਉਹਦਾ ਕਾਰਨ ਕੀ ਹੈ ਵੀ ਚਾਹੇ ਅੱਜ ਉਹ ਹਾਈਕੋਰਟ ਵੱਲੋਂ ਬਰੀ ਹੋ ਚੁੱਕੇ ਆ
ਚਲੋ ਸਵਾਲ ਰਹਿਣਗੇ ਰਾਜਨੀਤਿਕ ਜੀ ਖਲੀਫਾ ਸਾਹਿਬ, ਕਾਂਗਰਸ ਦਾ ਕੈਂਡੀਡੇਟ ਉੱਥੇ ਵੀ ਤੈਅ ਨਹੀਂ ਪਰ ਮੰਨਿਆ ਜਾ ਰਿਹਾ ਕਿ ਜਾਂ ਉੱਥੇ ਜਸਵੀਰ ਸਿੰਘ ਟੈਂਪਾ ਤੇ ਜਾਂ ਵੱਡੇ ਜ਼ੀਰਾ ਸਾਹਿਬ ਤੁਹਾਡੇ ਉਹ ਉੱਥੇ ਉਮੀਦਵਾਰ ਹੋ ਸਕਦੇ ਨੇ ਪਰ ਇਹਨਾਂ ਕਿਰਦਾਰਾਂ ਦੀ ਲੜਾਈ ਚ ਕਾਂਗਰਸ ਕੋਲੇ ਕੋਈ ਅਜਿਹਾ ਕਿਰਦਾਰ ਹੈ? ਕਿਉਂਕਿ ਇੱਕ ਤਾਂ ਸੌਖੀ ਸਾਹਿਬ ਸੀ ਜਿਨ੍ਹਾਂ ਨੇ ਪਿਛਲੀ ਵਾਰੀ ਅਸਤੀਫਾ ਦਿੱਤਾ ਸੀ, ਉਹ ਤੁਸੀਂ MLA ਬਣਾ ਲਏ, ਕੀ ਇਹਨਾਂ ਦੋਹਾਂ ਉਮੀਦਵਾਰਾਂ ਦੇ ਮੁਕਾਬਲੇ ਦਾ ਜੇ ਸਿੰਘ ਖਾਲੜਾ ਔਰ ਬੀਬੀ ਜਗੀਰ ਕੌਰ, ਪਰਮਜੀਤ ਕੌਰ ਖਾਲੜਾ ਵਰਗੇ ਕਿਰਦਾਰ ਦਾ ਕੋਈ ਉਮੀਦਵਾਰ ਕਾਂਗਰਸ ਕੋਲੇ ਹੈ? ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਇਹ ਹਾਈ ਕਮਾਂਡ ਕਾਂਗਰਸ ਪਾਰਟੀ ਨੇ ਫੈਸਲਾ ਕਰਨਾ, ਮੈਂ ਇੰਨੀ ਪਾਵਰ ਨਹੀਂ ਰੱਖਦਾ ਕਿ ਮੈਂ ਕਿਸੇ ਕੈਂਡੀਡੇਟ ਦਾ ਨਾਂ ਲੈਣਾ। ਅਸੀਂ 13 ਜਗ੍ਹਾ 'ਤੇ ਇਹਨਾਂ ਦੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਨਾਲੋਂ ਵਧੀਆ ਕਿਰਦਾਰ ਵਾਲੇ ਕੈਂਡੀਡੇਟ ਦੇਵਾਂਗੇ। ਬੀਬੀ ਪਰਮਜੀਤ ਕੌਰ ਖਾਲੜਾ 'ਤੇ ਕਾਂਗਰਸ ਕੀ ਸੋਚਦੀ ਹੈ? ਨਹੀਂ ਕਾਂਗਰਸ ਨੇ ਕੀ ਸੋਚਣਾ, ਕੈਂਡੀਡੇਟ ਆ ਖੜੇ ਨਾ, ਠੀਕ ਹੈ ਉਹਨਾਂ ਦਾ ਮੁਕਾਬਲਾ ਕਰਨ ਲਈ ਕਾਂਗਰਸ ਆਪਣਾ ਪਾਰਟੀ ਦਾ ਕੈਂਡੀਡੇਟ ਭੇਜੂਗੀ। ਬੀਬੀ ਖਾਲੜਾ ਜੀ ਜਿੱਥੇ ਉਹਨਾਂ ਦੀ ਸੋਚ ਆ ਉਹ ਆਪਣੀ ਜਗ੍ਹਾ 'ਤੇ ਚੰਗੇ ਨੇ, ਬੀਬੀ ਜਗੀਰ ਸਿੰਘ ਕੌਰ ਜੀ ਜਿੱਥੇ ਹੈਗੇ ਨੇ ਉਹ ਪਾਰਟੀ ਲਈ ਉਹ ਉੱਥੇ ਠੀਕ ਨੇ। ਜਦੋਂ ਕਿਸਾਨਾਂ ਦੇ ਖੁਦਕੁਸ਼ੀਆਂ ਹੋਈਆਂ 1,00,000 ਰੁਪਏ ਮਿਲਿਆ ਉਦੋਂ ਦਾ ਬੀਬੀ, ਚਲੋ ਉਹ ਬਿਆਨ ਨਹੀਂ ਲੈਣਾ, ਚਲੋ ਉਹ ਬਿਆਨ ਸੋਸ਼ਲ ਮੀਡੀਆ ਤੇ ਹੈਗਾ। ਫਿਰ ਵੀ ਮੈਂ ਗੱਲ ਕਹਿਣੀ ਚਾਹਣਾ, ਜਿੱਥੇ ਵੀ ਚੋਣ ਹੋ ਰਹੀ ਹੈ ਲੋਕ ਸਭਾ 13 ਹਲਕਿਆਂ ਦੇ ਵਿੱਚ, ਚਾਹੇ ਚੰਡੀਗੜ੍ਹ ਦੇ 14ਵੇਂ ਹਲਕੇ, ਕਾਂਗਰਸ ਪਾਰਟੀ ਦੇ ਵਧੀਆ ਕਿਰਦਾਰ ਵਾਲੇ ਚੰਗੇ ਕੈਂਡੀਡੇਟਾਂ ਨੂੰ ਭੇਜਿਆ ਜਾਊਗਾ। ਔਰ ਇਹਨਾਂ ਜਿਨ੍ਹਾਂ ਦੇ ਭਾਰਤ ਭੂਸ਼ਣ ਜੀ ਗੱਲ ਕਰਦੇ ਸੀ ਵੀ ਇਹਨਾਂ ਕੋਲ ਉਹ ਹੈ ਬਾਬਾ ਜੀ ਦੀ, ਉਹਨਾਂ ਦੀ ਮੈਂ ਫਿਰ ਗੱਲ ਕਹਿਣੀ ਚਾਹੁੰਦਾ, ਇਸ ਗੱਲ ਨੂੰ ਨਾ ਭੜਕਾਉਣ। ਕਾਂਗਰਸ ਆਪਣੇ ਕੈਂਡੀਡੇਟ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਦੇਊਗੀ ਔਰ ਚੋਣਾਂ ਦੇ ਨੇੜੇ ਦੇਊਗੀ। ਜੇਕਰ ਮੈਂ ਕਿਸੇ ਦਾ ਵੀ ਨਾਂ ਲਵਾਂ ਤਾਂ ਬਾਕੀ ਸਾਰੇ ਨਾਰਾਜ਼ ਹੋ ਸਕਦੇ ਆ। ਚਲੋ ਨਾਰਾਜ਼ਗੀ ਤਾਂ ਕਿਉਂ ਲੈਣਾ, ਅਨੰਦਪੁਰ ਸਾਹਿਬ ਵੀ ਨਾਰਾਜ਼ਗੀ ਪਈ ਹੋਈ ਹੈ। ਨਹੀਂ ਅਸੀਂ ਕਿਸੇ ਜਗ੍ਹਾ ਤੇ ਡਿਸੀਜਨ ਲੈ ਹੀ ਨਹੀਂ ਸਕਦੇ, ਪਾਰਟੀ ਦੀ ਹਾਈਕਮਾਂਡ ਨੇ ਡਿਸੀਜਨ ਲੈਣਾ, CWC ਨੇ ਫੈਸਲਾ ਲੈਣਾ। ਚਲੋ ਮੈਂ ਇੱਕ ਹੋਰ ਬੜੀ ਅਹਿਮ ਸੀਟ ਹੈ, ਉਸ ਤੋਂ ਪਹਿਲਾਂ ਮੈਂ ਖਹਿਰਾ ਸਾਹਿਬ ਦੀ ਗੱਲ ਕਰੂੰਗਾ। ਖਹਿਰਾ ਸਾਹਿਬ ਨੇ ਅਪੀਲ ਕੀਤੀ ਹੈ ਕਿ ਪਰਮਜੀਤ ਕੌਰ ਖਾਲੜਾ ਦੇ ਪਰਿਵਾਰ ਦੀ ਕੁਰਬਾਨੀ ਦੇਖ ਕੇ ਉਹਨਾਂ ਦੇ ਖਿਲਾਫ ਦੂਜੀਆਂ ਪਾਰਟੀਆਂ ਨੂੰ ਚਾਹੀਦਾ ਕਿ ਉਮੀਦਵਾਰੀ ਨਾ ਦੇਣ। ਸਭ ਇਹ ਬੇਸ਼ੱਕ ਅਜੇ ਕਾਂਗਰਸ ਨੇ ਉੱਥੇ ਅਨਾਊਂਸ ਨਹੀਂ ਕੀਤਾ, ਮੈਂ ਇਹ ਕਹਿ ਰਿਹਾ ਵੀ ਜੇ ਕਿਰਦਾਰ ਦੀ ਗੱਲ ਕਰੀਏ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਮੁਕਾਬਲੇ 'ਚ ਬੀਬੀ ਜਗੀਰ ਕੌਰ ਦਾ ਕੀ ਮੁਕਾਬਲਾ ਕੀ ਆ? ਕਿਰਦਾਰ ਦੀ ਵੀ ਗੱਲ ਹੀ ਇੱਥੇ ਫੌਜਮੁਖੀ ਜੇਜੇ ਸਿੰਘ ਵੀ ਹੈਗੇ ਨੇ, ਜੇਜੇ ਸਿੰਘ ਹੈਗੇ ਆ। ਜੇਜੇ ਸਿੰਘ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਨੂੰ ਜਨਰਲ ਤੋਂ ਰਿਟਾਇਰਮੈਂਟ ਤੋਂ ਬਾਅਦ ਨਾ ਸਿਆਸਤ ਵਿੱਚ ਆਉਣਾ ਹੀ ਨਹੀਂ ਚਾਹੀਦਾ ਸੀ, ਮੇਰੀ ਇਹ ਨਿੱਜੀ ਰਾਏ ਆ। ਜੋ ਅੱਗੇ ਹਾਰੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਅੱਗੇ ਖੜੇ ਸੀ MLA ਸੀਟ ਹਾਰੇ ਆ, ਹੁਣ ਉਹ ਖੜੇ ਨੇ ਹਾਰਨਗੇ ਹੁਣ ਵੀ, ਕਿਉਂਕਿ ਸਿਆਸਤ ਵਿੱਚ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ। ਦੂਜੀ ਗੱਲ ਮੈਂ ਵਾਰ ਵਾਰ ਇੱਕ ਗੱਲ ਮੈਂ ਰਹਿ ਗਈ ਸੀ ਮੇਰੀ, ਮੈਂ ਕਰਨੀ ਸੀਗੀ ਵੀ ਇਹ ਵਾਰ ਵਾਰ ਇਹ ਕਹਿੰਦੇ ਖਹਿਰਾ ਸਾਹਿਬ ਨੂੰ ਭੁਲੱਥ ਤੋਂ ਲੜਨਾ ਚਾਹੀਦਾ। ਇਹਨਾਂ ਨੂੰ ਬੰਦਾ ਪੁੱਛੇ ਵੀ ਭੁਲੱਥ ਲੋਕ ਸਭਾ ਹਲਕਾ ਕਿ MLA ਦਾ ਹਲਕਾ, ਇੱਕ ਗੱਲ। ਦੂਜੀ ਗੱਲ ਜੇ ਆਪਣੇ ਜੇਟਲੀ ਸਾਹਿਬ ਉੱਥੋਂ ਆ ਕੇ ਇੱਥੇ ਅੰਮ੍ਰਿਤਸਰ ਖੜੇ ਹੁੰਦੇ ਆ, ਲੜਦੇ ਆ ਇਲੈਕਸ਼ਨ, ਹਾਰ ਜਾਂਦੇ ਆ, ਉੱਥੇ ਮੰਤਰੀ ਬਣਦੇ, ਇਸ਼ੂ ਵੱਖਰਾ। ਪਰ ਜੇ ਮੈਂ ਕਹਿੰਦਾ ਵੀ ਇਹ ਇਹ ਕਿਉਂ ਇਤਰਾਜ ਵਾਰ ਵਾਰ ਇਹ ਕਹਿੰਦੇ ਵੀ ਉਹ ਬਠਿੰਡੇ ਕਿਉਂ ਲੜੇ ਆ, ਸੰਗਰੂਰ ਕਿਉਂ ਲੜੇ ਆ, ਫਿਰੋਜ਼ਪੁਰ ਕਿਉਂ ਲੜੂਗਾ ਉਹ? ਉਹ ਲੜੂਗਾ, ਉਹ ਧੜੱਲੇ ਨਾਲ ਬਹੁਤ ਸਟਰੋਂਗ ਲੀਡਰ ਆ, ਔਰ ਜਿੱਥੋਂ ਵੀ ਲੜੂਗਾ ਜਿੱਤ ਪ੍ਰਾਪਤ ਕਰੂਗਾ। ਔਰ ਮੈਂ ਜਿਹੜੀ ਆ ਹੈਗੀ ਆ ਬੀਬੀ ਪਰਮਜੀਤ ਕੌਰ ਖਾਲੜਾ ਦੀ ਗੱਲ, ਉਹਨਾਂ ਦੀਆਂ ਕੁਰਬਾਨੀਆਂ, ਉੱਥੋਂ ਦੇ ਲੋਕ ਜਿਹੜੇ ਪਰਿਵਾਰ ਦਾ ਇੱਕ ਜੀ ਮਰਿਆ ਉਹਨੂੰ ਉਹਨਾਂ ਨੇ ਉਹਦਾ ਇਨਸਾਫ ਦਵਾਉਣ ਦੀ ਪੂਰੀ ਯਤਨ ਕੀਤਾ, ਆਪਣੀ ਕੁਰਬਾਨੀ ਦੇ ਦਿੱਤੀ ਉਹਨਾਂ ਨੇ। ਬੀਬੀ ਕਦੋਂ ਦੀ ਉਹਨੂੰ, ਬੀਬੀ ਨੂੰ ਨਹੀਂ ਚਾਹੀਦਾ ਮੇਰਾ ਪਤੀ ਜਿਹੜਾ ਜਿੰਦਾ ਰਹੇ ਅਤੇ ਮੈਂ ਆਪਣਾ ਜਿਹੜਾ
ਉਹ ਸ਼ਹਾਦਤ ਦੇ ਕੇ ਉਹਨੇ ਬੜੀ ਵੱਡੀ ਕੁਰਬਾਨੀ ਆ, ਬੜੀ ਜੱਦੋਜਹਿਦ ਕੀਤੀ ਆ। ਔਰ ਉੱਥੋਂ ਦੇ ਬੱਚਾ ਮਾਝੇ ਦਾ, ਮੈਂ ਮਾਝੇ ਦਾ ਰਹਿਣ ਵਾਲਾ, ਮਾਝੇ ਦਾ ਬੱਚਾ ਉਹਦੇ ਹੱਕ ਵਿੱਚ ਆ, ਉਹਦੀ ਸਪੋਰਟ ਕਰੇਗਾ। ਹੁਣ ਜਿਹੜਾ ਵਾਰ ਵਾਰ ਕਹਿੰਦੇ ਵੀ ਇਹ ਹੁਣ ਖਡੂਰ ਸਾਹਿਬ ਜਾ ਕੇ ਲੜ ਰਹੀ ਹੈ ਬੀਬੀ ਜਗੀਰ ਕੌਰ, ਉਹ ਜਿੱਥੋਂ ਮਰਜ਼ੀ ਲੜੇ, ਕੋਈ ਵੀ ਇਹ ਜਿੱਥੋਂ ਮਰਜ਼ੀ ਕੈਂਡੀਡੇਟ ਖੜਾ ਕਰਨ। ਸਵਾਲ ਇਸ ਚੀਜ਼ ਦਾ ਵੀ ਅੱਜ ਕਿਰਦਾਰ ਦੀ ਗੱਲ ਕਰੀਏ ਤੇ ਬੀਬੀ ਪਰਮਜੀਤ ਕੌਰ ਖਾਲਸਾ ਦੇ ਮੁਕਾਬਲੇ ਕਿਰਦਾਰ ਅੱਜ ਤੱਕ ਕਿਸੇ ਦਾ ਨਹੀਂ, ਚਾਹੇ ਜੇਜੇ ਸਿੰਘ ਆ, ਚਾਹੇ ਮਠਾਣੂ ਸਾਹਿਬ ਨੇ ਗੱਲ ਕੀਤੀ ਜੇਤਲੀ ਸਾਹਿਬ ਦੀ ਜੀ, ਮੈਂ ਉੱਥੇ ਇੱਕ ਗੱਲ ਕਹਿਣੀ ਚਾਹੁੰਦਾ। ਪੰਜਾਬ ਵਿੱਚੋਂ ਜੇਤਲੀ ਸਾਹਿਬ ਹਾਰੇ, ਅਮੇਠੀ ਵਿੱਚੋਂ ਸਿਮਰਤੀ ਰਾਣੀ ਹਾਰੀ ਜੀ, ਭਾਰਤ ਦੀ ਕੈਬਨਿਟ ਦੇ ਵਿੱਚ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ 2014 ਤੋਂ ਲੈ ਕੇ 19 ਤੱਕ ਪਤਾ ਨੀ ਕਿੰਨੇ ਕੁ ਹਾਰੇ ਹੋਏ ਕੈਬਨਿਟ ਮੰਤਰੀ, ਔਰ ਕਿੰਨੇ ਵਧੀਆ ਤੋਂ ਵਧੀਆ ਲੋਕ ਜਿੱਤੇ ਹੋਏ ਘਰਾਂ ਚ ਬੈਠੇ ਨੇ ਗੁੱਠੇ ਲੱਗੇ। ਇਹ ਸਾਡੇ ਦੇਸ਼ ਨੂੰ ਚਲਾਉਣ ਵਾਲੀ ਨੀਤੀ ਆ ਕਿ ਇਹ ਰਾਜਨੀਤੀ ਦਾ ਪੱਖ ਆ, ਕਿੱਧਰ ਤੁਰੇ ਫਿਰਦੇ ਆ। ਦੂਸਰੀਆਂ ਪਾਰਟੀਆਂ ਨੂੰ ਭੰਡਣਾ ਬਹੁਤ ਆਸਾਨ ਆ, ਆਪਦੇ ਮੰਜੇ ਥੱਲੇ ਸੋਟਾ ਮਾਰ ਕੇ ਦੇਖੇ ਬੀਜੇਪੀ ਔਰ ਨਰਿੰਦਰ ਮੋਦੀ ਜੀ। ਚਲੋ ਚਲੋ, ਉਹ ਚੌਂਕੀਦਾਰ ਨਹੀਂ, ਚੌਂਕੀਦਾਰ ਦੇ ਹੱਥ ਸੋਟੀ ਤਾਂ ਹੁੰਦੀ ਹੈ, ਮਾਰਨਗੇ ਜ਼ਰੂਰ, ਮਾਰਨਗੇ। ਕੀ ਕਹਿਣਾ ਚਾਹੋਗੇ? ਖਲੀਫਾ ਸਾਹਿਬ ਅਰੁਣ ਜੇਟਲੀ ਜੀ ਨੂੰ ਛੱਜ ਚ ਪਾ ਕੇ ਛੱਟਦੇ ਨੇ ਬਾਰ ਬਾਰ। ਮੈਂ ਕਾਂਗਰਸ ਪਾਰਟੀ ਨੇ ਪੁੱਛਣਾ ਚਾਹੁੰਦਾ, ਸੰਨ 77 ਚ ਬੀਬੀ ਇੰਦਰਾ ਗਾਂਧੀ ਜਦੋਂ ਹਾਰ ਗਈ ਸੀਗੀ ਉਦੋਂ ਕਾਂਗਰਸ ਨੂੰ ਯਾਦ ਨਹੀਂ ਹੈਗਾ? ਅਰੁਣ ਜੇਟਲੀ ਜੀ ਤਾਂ ਇੱਕ MP ਦਾ ਇਲੈਕਸ਼ਨ ਲੜਨ ਗਏ ਸੀਗੇ, ਬੀਬੀ ਇੰਦਰਾ ਗਾਂਧੀ ਜੀ ਦੇਸ਼ ਦੀ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ 77 ਦੇ ਵਿੱਚ ਬੁਰੀ ਤਰ੍ਹਾਂ ਹਾਰ ਗਏ ਸੀਗੇ, ਇਹਨਾਂ ਨੂੰ ਯਾਦ ਰੱਖਣਾ ਚਾਹੀਦਾ। ਇਦੋਂ ਪਹਿਲਾਂ ਕਿ ਉਂਗਲੀ ਸਾਡੇ ਵੱਲ ਕਰਨ ਵੀ ਅਰੁਣ ਜੇਟਲੀ ਜੀ ਹਾਰ ਗਏ। ਬਿਲਕੁਲ ਠੀਕ ਹੈ, ਹੁਣ ਮੈਨੂੰ ਅੰਮ੍ਰਿਤਸਰ ਹਾਰਨ ਦਾ ਕਾਰਨ ਐਮਰਜੈਂਸੀ ਸੀਗੀ। ਚਲੋ ਕਾਰਨ ਕੋਈ ਵੀ ਹੋਵੇ, ਹਾਰ ਹਾਰ ਹੈ। ਹੁਣ ਮੈਂ ਅੰਮ੍ਰਿਤਸਰ ਦੀ ਗੱਲ ਕਰ ਲਾਂ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ। ਕਹਿੰਦੇ ਗੁਰਦਾਸਪੁਰ ਚ ਵੀ ਕੈਂਡੀਡੇਟ ਨੀ ਭਾਜਪਾ ਨੂੰ ਲੱਭ ਰਿਹਾ, ਪਿਛਲੀ ਵਾਰੀ ਸੁਨੀਲ ਦੱਖਣ ਨੇ ਖੜਾਤਾ ਸੀ, ਉੱਥੇ ਵੀ ਕਹਿੰਦੇ ਤੁਸੀਂ ਕੋਈ ਫਿਲਮੀ ਸਟਾਰ ਲੱਭ ਰਹੇ ਹੋ। ਇਹ ਫਿਲਮੀ ਤਾਰਿਆਂ ਨੂੰ ਜ਼ਿਆਦਾ ਦੇਖਦੀ ਬੀਜੇਪੀ, ਕਾਡਰ ਹੈ ਨਹੀਂ ਬੀਜੇਪੀ ਕੋਲ। ਇੱਕ ਪਾਸੇ ਬੀਜੇਪੀ ਤੁਸੀਂ ਸੰਗਠਨ ਵਾਲੀ ਪਾਰਟੀ ਕਹਿ ਰਹੇ ਹੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਵਲੰਟੀਅਰ ਵਾਲੀ ਪਾਰਟੀ ਹੈ, ਤੇ ਲੱਭ ਤੁਸੀਂ ਸਟਾਰ ਰਹੇ ਹੋ। ਸਾਹਿਬ, ਹਜੇ ਤੱਕ ਤਾਂ ਸਾਡੀ ਪਾਰਟੀ ਨੇ ਕੈਂਡੀਡੇਟ ਲੱਭਣੇ ਹੀ ਨਹੀਂ ਸ਼ੁਰੂ ਕੀਤੇ ਜੀ। ਤੁਹਾਨੂੰ ਪਤਾ ਨਹੀਂ ਕਿਹੜਾ ਬੰਦਾ ਆ ਕੇ ਦੱਸ ਜਾਂਦਾ, ਕੰਨ 'ਚ ਦੱਸ ਜਾਂਦਾ ਵੀ ਇਹ ਆ ਲੱਭਦੇ ਨੇ, ਉਹ ਲੱਭਦੇ ਨੇ, ਉਹ ਲੱਭਦੇ ਨੇ। ਸਾਡੇ ਕੋਲ ਤਾਂ ਲੱਭੀ ਫੈਰਿਸਤ ਹੈ ਜੀ ਜੀ ਜੀ, ਸਾਡੇ ਕੋਲ ਇੱਕ ਲੱਭੀ ਫੈਰਿਸਤ ਹੈ, ਉਹਦੇ ਤੇ ਵਿਚਾਰ ਹੋ ਰਿਹਾ। ਨਾ ਦੱਸ ਦਿਓ, ਨਾ ਦੱਸਣਾ ਮੇਰੇ ਕੁਵਤ 'ਚ ਨਹੀਂ ਹੈ ਜੀ, ਮੈਂ ਐਡਾ ਵੱਡਾ ਕੋਈ ਕਾਰਜਕਰਤਾ ਨਹੀਂ ਹਾਂ। ਕੋਈ ਸਰਗਰਮ ਲੀਡਰ ਦੱਸ ਦਿਓ ਅੰਮ੍ਰਿਤਸਰ ਜੀ। ਸਾਹਿਬ, ਅੰਮ੍ਰਿਤਸਰ ਦੇ ਵਿੱਚ ਬਥੇਰੇ ਨੇ ਜੀ ਸਰਗਰਮ। ਛੋਟੀ ਜਿਹੀ ਟਿੱਪਣੀ, ਅੰਮ੍ਰਿਤਸਰ ਦੀ ਸੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੰਮ੍ਰਿਤਸਰ ਦੇ ਵਿੱਚ ਮੁਕਾਬਲਾ ਹੋਊਗਾ ਜਾਂ ਉੱਥੇ ਇੱਕ ਪਾਸੜ ਕਾਂਗਰਸ ਰਹੂਗੀ? ਮਨਮੋਹਨ ਸਿੰਘ ਨੇ ਤਾਂ ਵੈਸੇ ਮਨਾ ਕਰਤਾ। ਹਾਂਜੀ ਹਾਂਜੀ, ਕੀ ਲੱਗਦਾ ਅੰਮ੍ਰਿਤਸਰ 'ਚ ਬੀਜੇਪੀ ਜੇ ਲਿਆ ਹੀ ਹਰਭਜਨ ਸਿੰਘ ਕ੍ਰਿਕਟ ਸਟਾਰ ਨੂੰ ਤੇ ਕੋਈ ਮੁਕਾਬਲਾ ਬਣੂ? ਸਰ, ਇੱਕ ਗੱਲ ਹੈਗੀ ਹੈ ਵੀ ਜਿੱਥੇ ਜੇ ਗੱਲ ਕਰ ਰਹੇ ਆ ਹਰਭਜਨ ਸਿੰਘ ਦੀ, ਉਹਦਾ ਜੇ ਕੋਈ ਗਲਤ ਨਾ ਹੋਵਾ ਤਾਂ ਕਿੱਥੇ ਉਹ ਕਹਿੰਦੇ ਹੁੰਦੇ ਆ ਵੀ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ, ਨਵਜੋਤ ਸਿੰਘ ਸਿੱਧੂ ਵਾਲੀ ਤਾਂ ਗੱਲ ਬਣ। ਬਿਲਕੁਲ ਬਿਲਕੁਲ ਸਹੀ ਗੱਲ, ਠੀਕ ਹੈ ਜੀ। ਉਹ ਕੱਲ੍ਹ ਦਾ ਮੁੰਡਾ ਵਿਚਾਰਾ ਪੋਲੀਟੀਸ਼ੀਅਨ ਬਾਰੇ ਉਹਨੂੰ ਪਤਾ ਨਹੀਂ, ਉਹਦੇ ਤਾਂ ਉਹਨੇ ਅੱਜ ਤੱਕ ਇਹ ਸੋਚਿਆ ਨਹੀਂ ਵੀ ਪੋਲੀਟੀਸ਼ੀਅਨ ਹੁੰਦੀ ਕੀ ਆ, ਉੜਾੜਾ ਕੀ ਆ, ਠੀਕ ਹੈ ਜੀ। ਅਤੇ ਜੇ ਆਪਾਂ ਜੇ ਭਾਜਪਾ, ਚਲੋ ਸਟਾਰ ਹੈਗਾ ਪੰਜਾਬੀ ਬੰਦੇ ਉਹਨੇ ਲਾਈਕ ਕਰਦੇ, ਅਸੀਂ ਸਾਰੇ ਪਸੰਦ ਕਰਦੇ, ਉਹਨੇ ਵਿਕਟਾਂ ਬਹੁਤ ਗੱਡੀਆਂ ਆਸਟ੍ਰੇਲੀਆ। ਸਰ, ਇੱਕ ਤੁਸੀਂ ਵਿਕਟਾਂ ਦੀ ਗੱਲ ਨਹੀਂ ਨਾ ਲਾਓ, ਤੁਸੀਂ ਇਕੱਲੀ ਵਿਕਟਾਂ ਕੰਨੀ ਨਾ ਜਾਓ, ਇਹ ਇੱਕ ਪੱਤਾ ਖੇਡ ਰਹੇ ਆ ਵੀ ਜੇ ਨਵਜੋਤ ਸਿੰਘ ਸਿੱਧੂ ਐਜ਼ ਏ ਕਰੈਕਟਰ, ਪਰ ਉਹ ਜੱਟ ਦੀ ਕੋਈ ਰੀਸ ਨਹੀਂ ਕਰ ਸਕਦਾ। ਮੁੰਡਾ ਪੇਟ ਤੇ ਆ ਜਾਓ ਆਈਆ ਮੁੰਡੇ ਖਾ। ਦੂਜੀ ਗੱਲ, ਮੈਂ ਇਹਨਾਂ ਦੀ ਗੱਲ ਨਾਲ 200% ਸਹਿਮਤ ਹੈ
ਵੀ ਬਿਲਕੁਲ ਜਾਣਕਾਰੀ ਨਹੀਂ ਹੈਗੀ ਗੁਰਭਜਨ ਸਿੰਘ ਭੱਜੀ ਨੂੰ ਰਾਜਨੀਤੀ ਦੀ। ਸਿੱਧੂ ਸਾਹਿਬ ਨੂੰ ਜਾਣਕਾਰੀ ਹੈ ਵੀ ਜਾ ਕੇ ਉੱਥੇ ਜੱਫੀਆਂ ਕਿੱਦਾਂ ਪਾਉਣੀਆਂ ਨੇ, ਮੇਰਾ ਯਾਰ ਦਿਲਦਾਰ ਇਮਰਾਨ ਖਾਨ ਕਿੱਦਾਂ ਕਹਿਣਾ, ਤੁਸੀਂ ਪੇੜ ਤੋੜ ਕੇ ਆ ਗਏ ਹੋ, ਕਿਸ ਤਰ੍ਹਾਂ ਬੋਲਣਾ, ਬਿਲਕੁਲ ਸਿਆਣੀ ਗੱਲ ਆ, ਸੱਚੀ ਗੱਲ ਆ, ਮੈਂ 200% ਸਹਿਮਤ ਹਾਂ। ਸੋ ਸਾਰੀਆਂ ਧਿਰਾਂ ਨੇ ਆਪਣੀ ਆਪਣੀ ਗੱਲ ਰੱਖੀ ਹੈ, ਵੱਖ ਵੱਖ ਪੁਆਇੰਟਸ ਸਾਰਿਆਂ ਨੇ ਆਪਣੇ ਆਪਣੇ ਚੱਕੇ ਨੇ। ਕੋਈ ਵੀ ਸੰਬੰਧਿਤ ਧਿਰ ਅਗਰ ਆਪਣਾ ਕੋਈ ਹੋਰ ਪੱਖ ਵੀ ਰੱਖਣਾ ਚਾਹੁੰਦੀ ਹੈ ਤਾਂ ਇਸ ਸ਼ੋਅ ਦੇ ਵਿੱਚ ਉਹਨਾਂ ਸਾਰਿਆਂ ਦਾ ਵੀ ਖੁੱਲ੍ਹਾ ਸਵਾਗਤ ਹੈ। ਸੋ ਸਾਰਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਵੱਖ ਵੱਖ ਪੁਆਇੰਟਸ 'ਤੇ ਆਪਣੀ ਗੱਲ ਕੀਤੀ ਹੈ। ਫਿਲਹਾਲ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਬਿਲਕੁਲ ਨਵੇਂ ਤਾਜ਼ਾ ਪੁਆਇੰਟਸ ਅਤੇ ਮੁੱਦਿਆਂ ਦੇ ਨਾਲ। ਬਹੁਤ ਧੰਨਵਾਦ।